ਅੱਜ ਪੰਜਾਬ ਲਲਿਤ ਕਲਾ ਅਕੈਡਮੀ ਦੇ ਸਟੂਡੀਓਜ਼ ਵਿੱਚ ਵੀਡੀਓ ਆਰਕਾਈਵਿੰਗ ਪ੍ਰੋਜੈਕਟ ਦੇ ਦਰਮਿਆਨ ਅਸੀਂ ਗੱਲ ਕਰਾਂਗੇ सुरेंद्र ਮੋਹਨ ਧਾਮੀ ਜੀ ਦੇ ਨਾਲ ਇਹਨਾਂ ਦਾ ਜਨਮ 1957 ਵਿੱਚ ਪਟਿਆਲਾ ਵਿਖੇ ਹੋਇਆ ਅਤੇ ਇਹ ਫੋਟੋਗ੍ਰਾਫੀ ਦੇ ਮੀਡੀਅਮ ਦੇ ਵਿੱਚ ਫੋਟੋਗ੍ਰਾਫੀ ਦੀ ਫੀਲਡ ਦੇ ਵਿੱਚ ਕੰਮ ਕਰਦੇ ਨੇ ਧਾਮੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣੇ ਮੁਢਲੇ ਜੀਵਨ ਦੇ ਬਾਰੇ ਦੱਸੋ ਕਿ ਪਟਿਆਲੇ ਦੇ ਵਿੱਚ ਤੁਸੀਂ ਪੈਦਾ ਹੋਏ ਤੇ ਤੁਹਾਡੀ ਪੜ੍ਹਾਈ ਕਿੱਥੇ ਹੋਈ ਤੁਹਾਡਾ ਚਾਈਲਡਹੂਡ ਕਿਸ ਤਰ੍ਹਾਂ ਦਾ ਸੀ ਜੀ ਪਟਿਆਲਾ ਤਾਂ ਮੇਰਾ ਜਨਮ ਹੀ ਹੋਇਆ 3 ਸਾਲ ਦਾ ਸੀਗਾ ਮੈਂ ਉਦੋਂ ਅਸੀਂ ਚੰਡੀਗੜ੍ਹ ਆ ਗਏ ਤਾਂ ਇਸ ਕਰਕੇ ਜਿਹੜੀ ਮੈਂ ਹੋਸ਼ ਵੀ ਆਪਣੀ ਮੈਨੂੰ ਆਈ ਹੈ ਉਹ ਚੰਡੀਗੜ੍ਹ ਚ ਹੀ ਆਈ ਹੈ ਇਸ ਕਰਕੇ ਮੇਰੀ ਸਟੱਡੀ ਵੀ ਚੰਡੀਗੜ੍ਹ ਦੀ ਹੋਈ ਹੈ ਮੈਂ ਇੱਥੇ ਦੇ ਸਕੂਲਾਂ ਚ ਹੀ ਪੜਿਆ ਤੇ ਬਾਕੀ ਉਸ ਤੋਂ ਬਾਅਦ ਮੈਂ ਗਿਆ ਸੀਗਾ ਆਪਣੇ ਕਾਲਜ ਦੀ ਪੜ੍ਹਾਈ ਕਰਨ ਵਾਸਤੇ ਮੈਨੂੰ ਘਰਦਿਆਂ ਨੇ ਭੇਜਤਾ ਆਪਣਾ ਫਤੇਗੜ ਸਾਹਿਬ ਮਾਤਾ ਗੁਜਰੀ ਕਾਲਜ ਹੈ ਉੱਥੇ ਉੱਥੇ ਮੈਂ 1 ਸਾਲ ਲਗਾਇਆ ਉਹਨਾਂ ਨੇ ਮੈਨੂੰ ਮੈਡੀਕਲ ਦਵਾਤਾ ਪੇਰੈਂਟਸ ਨੇ ਤੇ ਤੁਹਾਡੀ ਸਕੂਲਿੰਗ ਕਿੱਥੋਂ ਹੋਈ ਸਕੂਲਿੰਗ ਬੇਸਿਕ ਸਕੂਲ ਹੈ ਆਪਣੇ 20 ਸੈਕਟਰ ਚ ਹਾਂਜੀ ਹਾਂਜੀ ਤੇ ਇੱਕ 20 ਸੈਕਟਰ ਦੇ ਵਿੱਚ ਹੀ ਪੰਜਵੀਂ ਤੱਕ ਪੜ੍ਹੇ ਸੀ ਕਿ ਸਾਡੀ ਕੋ-ਐਜੂਕੇਸ਼ਨ ਹੁੰਦੀ ਸੀਗੀ ਆ ਪੰਜ ਉਹ ਗਵਰਨਮੈਂਟ ਗਰਲਸ ਹਾਈ ਸਕੰਡਰੀ ਸਕੂਲ ਹੈਗਾ ਸੈਕਟਰ 20 ਦੇ ਵਿੱਚ ਹਾਂਜੀ ਉੱਥੇ 5ਵੀਂ ਤੱਕ ਪੜਿਆ ਉਸ ਤੋਂ ਬਾਅਦ 6ਵੀਂ ਜਾ ਕੇ ਗਵਰਨਮੈਂਟ ਬੇਸਿਕ ਹਾਈ ਸਕੂਲ ਸੈਕਟਰ 20 D ਦੇ ਵਿੱਚ ਹੈਗਾ ਉੱਥੋਂ ਮੇਰੀ ਉੱਥੇ ਮੈਂ میٹرਕ ਤਾਂ ਕਰਤੇ ਪੜਿਆ ਤਾਂ ਜਿੱਦਾਂ ਮੈਂ ਦੱਸ ਰਿਹਾ ਸੀ میٹرਕ ਤੋਂ ਬਾਅਦ ਉਸ ਟਾਈਮ ਇਹ ਹੀ ਚੱਲਦਾ ਸੀ ਵੀ ਡਾਕਟਰੀ ਡਾਕਟਰ ਬਣ ਜਾਵੇ ਬੱਚਾ ਇਹਨੂੰ ਮੈਡੀਕਲ ਕਰਨ ਵਾਸਤੇ ਭੇਜ ਦੋ ਮੈਂ ਮੇਰੇ ਬ੍ਰਦਰ ਹੈਗੇ ਉੱਥੇ ਸਰੰਦ ਉਹਨਾਂ ਦੀ ਸਟੂਡੀਓ ਸੀਗੀ ਉਸ ਟਾਈਮ ਮੈਨੂੰ ਉੱਥੇ ਭੇਜਤਾ ਮੈਂ ਉੱਥੇ ਜਾ ਕੇ ਚੱਲਿਆ ਤਾਂ ਹੈ ਨਹੀਂ ਮੈਡੀਕਲ ਪਰ ਇਹ ਹੈ ਕਿ ਮੈਂ 1 ਸਾਲ ਜਿਹੜਾ ਆਪਣੇ ਬ੍ਰਦਰ ਨਾਲ ਲਗਾਇਆ ਉਹਨਾਂ ਦੀ ਦੁਕਾਨ ਹੈ ਉੱਥੇ ਫੋਟੋਗ੍ਰਾਫੀ ਦੀ ਉਹ ਚ ਮੈਂ ਫੋਟੋਗ੍ਰਾਫੀ ਬਾਰੇ ਕਾਫੀ ਕੁਝ ਸਿੱਖਿਆ ਸੀ ਉੱਥੇ ਉਹਨਾਂ ਦੀ ਧਾਮੀ ਸਟੂਡੀਓ ਦੇ ਨਾਮ ਤੇ ਦੁਕਾਨ ਹੁਣ ਵੀ ਹੈਗੀ ਤੇ ਮੈਨੂੰ ਉੱਥੇ ਬਹੁਤ ਅੱਛੀ ਟ੍ਰੇਨਿੰਗ ਮਿਲੀ ਉਹਨਾਂ ਕੋਲ ਉਹ ਜ਼ਮਾਨਾ ਸੀਗਾ ਜਦ ਹੱਥ ਨਾਲ ਬਲੈਕ ਐਂਡ ਵਾਈਟ ਫੋਟੋਆਂ ਨੂੰ ਰੰਗ ਕਰਿਆ ਜਾਂਦਾ ਸੀਗਾ ਉਹ ਟੈਕਨੀਕ ਦੇਖਣ ਦਾ ਮੌਕਾ ਮਿਲਿਆ ਮੈਨੂੰ ਫੋਟੋ ਫਿਨਿਸ਼ ਕਿਦਾਂ ਕਰੀਦੀ ਹੈ ਉਹ ਫਿਨਿਸ਼ ਉਹ ਮੈਨੂੰ ਬ੍ਰਸ਼ ਪਕੜਾ ਦਿੰਦੇ ਹੁੰਦੇ ਸੀਗੇ ਵੀ ਤੂੰ ਵੀ ਕਰ ਫਿਨਿਸ਼ ਫਿਰ ਫੋਟੋ ਫਿਨਿਸ਼ ਕਰ ਕਰਕੇ ਇੰਨਾ ਐਕਸਪੀਰੀਅੰਸ ਹੋ ਗਿਆ ਕਿ ਜਿਹੜਾ ਬਾਅਦ ਦੇ ਵਿੱਚ ਮੇਰੇ ਜਦ ਅਸੀਂ ਆਪਣੀ ਫੋਟੋਗ੍ਰਾਫੀ ਜਦ ਮੈਂ ਕਰਨ ਲੱਗਿਆ ਉਹਦੇ ਵਿੱਚ ਉਹਨੇ ਬੜਾ ਰੋਲ ਅਦਾ ਕੀਤਾ ਕਲਰ ਦੀ ਸੈਂਸ ਹੋ ਗਈ ਕਿ ਬਲੈਕ ਐਂਡ ਬਲੈਕ ਐਂਡ ਵਾਈਟ ਫੋਟੋ ਨੂੰ ਤੁਸੀਂ ਕਿਦਾਂ ਕਲਰ ਕਰਨਾ ਹੈ ਉਹਨੋਂ ਉਹ ਦੂਸਰੇ ਤਰ੍ਹਾਂ ਦੇ ਰੰਗ ਹੁੰਦੇ ਸੀਗੇ ਪੁਰਾਣੇ ਬੰਦੇ ਜਾਣਦੇ ਹੋਣਗੇ ਕਿ ਉਹ ਪੇਪਰ ਦੀ ਸ਼ੀਟਸ ਹੁੰਦੀਆਂ ਸੀਗੀਆਂ ਰੰਗ-ਬਰੰਗੀਆਂ ਕਲਰਡ ਜਿਹਨੂੰ ਪਾਣੀ ਦੇ ਵਿੱਚ ਡਿਪ ਕਰਕੇ ਨਾ ਫਿਰ ਉਹ ਕਲਰ ਬਲੈਕ ਐਂਡ ਵਾਈਟ ਦੇ ਉੱਪਰ ਕਰਦੇ ਹੁੰਦੇ ਸੀਗੇ ਤੇ ਹੋਰ ਉਹਨਾਂ ਕੋਲੋਂ ਮੈਂ ਤੁਹਾਨੂੰ ਦੱਸਾਂ ਕਿ ਮੇਰੀ ਜਿਹੜਾ ਇੱਕ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਇੱਕ ਵਾਰੀ ਬ੍ਰਦਰ ਦੁਕਾਨ ਤੇ ਨਹੀਂ ਸੀਗੇ ਉਹ ਪਿੱਛੋਂ ਇੱਕ ਗਰੁੱਪ ਫੋਟੋਗ੍ਰਾਫ ਗਰੁੱਪ ਫੋਟੋਗ੍ਰਾਫ ਆ ਗਿਆ ਫੈਮਿਲੀ ਫੋਟੋਗ੍ਰਾਫ ਖਿਚਵਾਉਣ ਵਾਸਤੇ ਆ ਗਏ ਤਾਂ ਮੈਂ ਖਿੱਚ ਲਿਆ ਖਿੱਚੋਂ ਤੋਂ ਜਿਆਦਾ ਬਾਅਦ ਦੇ ਵਿੱਚ ਪ੍ਰਿੰਟ ਕੱਢਿਆ ਜਿਹੜੇ ਬੈਕ ਤੇ ਬੰਦੇ ਖੜੇ ਹੋਏ ਆ ਆਟੋ ਫੋਕਸ ਹੈ ਜਿਹੜੇ ਫਰੰਟ ਤੇ ਕਲੀਅਰ ਹੈ ਤਾਂ ਮੇਰੇ ਬ੍ਰਦਰ ਨੇ ਦੇਖਿਆ ਕਹਿੰਦੇ ਭਾਈ ਉਹਨੇ ਉਹਨੇ ਸਮਝਿਆ ਤਾਂ ਗੜਬੜ ਹੋ ਗਈ ਇਹਨੂੰ ਸਮਝ ਨਹੀਂ ਆ ਰਹੀ ਫਿਰ ਇੱਕ ਦਿਨ ਕੀ ਹੋਇਆ ਉਹਨਾਂ ਨੇ ਨਾ ਮੈਨੂੰ ਦੁਕਾਨ ਦੇ ਬਾਹਰ ਧੁੱਪ ਚ ਬਿਠਾ ਲਿਆ ਬਿਠਾ ਕੇ ਕਹਿੰਦੇ ਆਰਾਮ ਨਾਲ ਬਹਿ ਜਾ ਕੈਮਰਾ ਆਪਣੇ ਕੋਲ ਲੈ ਲਿਆ ਕੈਮਰਾ ਲੈ ਕੇ ਉਹਨਾਂ ਨੇ ਮੈਨੂੰ ਮਤਲਬ ਇੰਨੀ ਅੱਛੀ ਤਰ੍ਹਾਂ ਡੈਪਥ ਆਫ ਫੀਲਡ ਦੀ ਸਟੱਡੀ ਕਰਾਈ ਨਾ ਕੈਮਰੇ ਦੀ ਕਿ ਉਹ ਅੱਜ ਤੱਕ ਮੇਰੇ ਜ਼ਿਹਨ 'ਚ ਹੈ ਮੈਂ ਭੁੱਲਿਆ ਨਹੀਂ ਉਹ ਡੈਪਥ ਆਫ ਫੀਲਡ ਦਾ ਮਤਲਬ ਇਹ ਹੁੰਦਾ ਕਿ ਕਿੰਨਾ ਕਲੀਅਰ ਪੋਰਸ਼ਨ ਤੁਸੀਂ ਖਿੱਚਣੋਂ ਸ਼ਾਰਪ ਫੋਕਸਿੰਗ ਤੋਂ ਬਾਅਦ ਅੱਗੇ ਕਿੰਨਾ ਸ਼ਾਰਪ ਹੈ ਪਿੱਛੇ ਕਿੰਨਾ ਸ਼ਾਰਪ ਹੈ ਉਹਦੇ 'ਚ ਅਪਰਚਰ ਦਾ ਕੀ ਰੋਲ ਹੈ ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਦੱਸਿਆ ਉਸ ਤੋਂ ਬਾਅਦ ਫਿਰ ਉਹ ਗਲਤੀ ਨਹੀਂ ਮੇਤੋਂ ਦੁਆਰਾ ਹੋਈ ਤੇ ਇਸੇ ਤਰ੍ਹਾਂ ਜਿਹੜੀ ਇੱਕ ਮਤਲਬ ਉਹ ਨਾ ਇੱਕ ਪ੍ਰਾਣੇ ਸ਼ਹਿਰ ਚ ਤਾਂ ਰਹਿ ਰਹੇ ਸੀਗੇ ਫੋਟੋਗ੍ਰਾਫੀ ਕਰ ਰਹੇ ਸੀਗੇ ਪਰ ਉਹਨਾਂ ਦੇ ਅੰਦਰ ਨਾ ਇੱਕ ਆਰਟ ਦਾ ਜਨੂਨ ਸੀਗਾ ਜਿਹੜੇ ਮੈਂ ਹੋਰ ਸਟੂਡੀਓ ਵੀ ਆਲੇ-ਦਾਲੇ ਦੀਆਂ ਸੀਗੀਆਂ ਮੈਂ ਉਹਨਾਂ ਦਾ ਦੇਖਦਾ ਹੁੰਦਾ ਸੀਗਾ ਕੰਮ ਕਿ ਫਲੈਟ ਫੋਟੋਗ੍ਰਾਫੀ ਕਰ ਰਹੇ ਸੀਗੇ ਸਿਰਫ ਕਸਟਮਰ ਨੂੰ ਖੁਸ਼ ਕਰਨ ਨੂੰ ਨਾ ਕਿ ਰੈੱਡ ਕਲਰ ਲਾਣਾ ਮੂੰਹ ਤੇ 네ਗੇਟਿਵ ਤੇ ਤਾਂ ਉਹ ਪ੍ਰਿੰਟ ਕੱਢ ਦੇਣਾ ਤਾਂ ਕਿ ਬੰਦੇ ਗੋਰੇ-ਗੋਰੇ ਜਿਹਾ ਸਾਫ਼-ਸੁਥਰੇ ਚਿਹਰੇ ਆ ਪਰ ਮੇਰੇ ਬ੍ਰਦਰ ਨੂੰ ਇਹ ਪਸੰਦ ਨਹੀਂ ਸੀ ਚੀਜ਼ ਉਹ ਹਮੇਸ਼ਾ ਲਾਈਟ ਐਂਡ ਸ਼ੇਡ ਪਾ ਕੇ ਹੀ ਫੋਟੋਗ੍ਰਾਫ ਕਰਨਾ ਚਾਹੁੰਦਾ ਸੀ ਉਹਦੇ ਵਿੱਚ ਕਈ ਵਾਰੀ ਕਸਮਰ ਬਹਿਸ ਵੀ ਕਰਦੇ ਸੀ ਜੀ ਤੁਸੀਂ ਕਾਲਾ ਮੂੰਹ ਕਰਤਾ ਇਹ ਕੀ ਕਰਤਾ ਉਹ ਕੀ ਕਰਤਾ ਪਰ ਉਹ ਵਿਚਾਰੇ ਨਾ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਸੀ ਉਹ ਉੱਥੇ ਉਹ ਆਪਣਾ ਲਾਈਟ ਐਂਡ ਸ਼ੇਡ ਦਿਖਾਉਂਦੇ ਸੀਗੇ ਤਾਂ ਉਹ ਚੀਜ਼ ਵੀ ਆਇਸਾ-ਆਇਸਾ ਮੇਰੇ ਅੰਦਰ ਚਲੀ ਗਈ ਕਿ ਪੋਰਟਰੇਟ ਨੂੰ ਕਿੱਦਾਂ ਯੂਜ਼ ਕਰਨਾ ਹੈ ਪੋਰਟਰੇਟ ਕਿੱਦਾਂ ਖਿੱਚਣਾ ਹੈ ਤੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਉਹਨਾਂ ਕੋਲ ਮੈਂ ਇਹ ਗੱਲਾਂ ਤਾਂ ਕਰ ਰਿਹਾ ਦੱਸ ਰਿਹਾ ਤੁਹਾਨੂੰ ਕਿ ਜਿਹੜੇ ਅੱਜ ਕੱਲ ਆਉਣ ਵਾਲੇ ਆ ਉਹਨਾਂ ਨੂੰ ਸ਼ਾਇਦ ਇਹ ਗੱਲਾਂ ਪਤਾ ਨਾ ਲੱਗ ਸਕਣ ਉੱਥੇ ਕੀ ਹੋਇਆ ਕਿ ਇੱਕ ਅ ਯੰਗ ਮੁੰਡਾ ਆਇਆ ਉਹ ਕਹਿੰਦਾ ਜੀ ਮੈਂ ਫੋਟੋਗ੍ਰਾਫ ਆਪਣੀ ਖਿਜਵਾਣੀ ਹੈ ਪਰ ਮੈਂ ਵਾਈਟ ਕੁਰਤਾ ਪਾਵਾਂਗਾ ਹੋਰ ਵਾਈਟ ਕੁਰਤੇ ਚ ਪੂਰੀ ਡਿਟੇਲ ਆਣੀ ਚਾਹੀਦੀ ਹੈ ਤਾਂ ਮੇਰੇ ਬ੍ਰਦਰ ਨੇ ਕਿਹਾ ਭਾਈ ਠੀਕ ਹੈ ਮੈਂ ਬਿਲਕੁਲ ਲਿਆਵਾਂਗਾ ਇਹ ਚੀਜ਼ ਫਿਰ ਹੋਇਆ ਕਿ ਕਿ ਫੋਟੋ ਖਿੱਚੀ ਉਦੋਂ ਫਾਈਨ ਗ੍ਰੇਨ ਡਿਵੈਲਪਰ ਬਕਾਇਦਾ ਉਸ ਫਿਲਮ ਪ੍ਰੋਸੈਸ ਕਰਨ ਨੂੰ ਲਿਤਾ ਗਿਆ ਪ੍ਰੋ ਮਿਕਰੋਲ ਕੰਪਨੀ ਸੀ ਮੇਨ ਬ੍ਰੇਕਰ ਦੀ ਤੇ ਅਸੀਂ ਫਿਲਮ ਪ੍ਰੋਸੈਸ ਕਰੀ ਬੜਾ ਟੈਂਪਰੇਚਰ ਕੰਟਰੋਲ ਕਰਕੇ ਤਾਂ ਕਿ ਉਹਦੀ ਜਿਹੜੀ ਮਤਲਬ ਡਿਟੇਲਸ ਆ ਪੂਰੀਆਂ ਆਣ ਡਿਟੇਲਸ ਪੂਰੀਆਂ ਆ ਗਈਆਂ ਪਰ ਉਸ ਤੋਂ ਬਾਅਦ ਮੈਂ ਮਤਲਬ ਕਿਸੇ ਹੋਰ ਕੋਲ ਨਹੀਂ ਦੇਖਿਆ ਜੋ ਉਹਨਾਂ ਨੇ 네ਗੇਟਿਵ ਦੇ ਉੱਪਰ ਕੰਮ ਕਰਕੇ ਦਿਖਾਇਆ ਮੇਰੇ ਬ੍ਰਦਰ ਨੇ ਫੇਸ ਤੇਰੀ ਟੱਚ ਕਰਿਆ ਉਹਨਾਂ ਨੇ ਨਾ ਜਿਹੜੇ ਕਪੜੇ ਦੇ ਸੀਗੇ ਵਟ ਉਹਨਾਂ ਦੀ ਹਾਈਲਾਈਟਸ ਵੀ ਕੱਢੀਆਂ ਪੈਨਸਲ ਦੇ ਨਾਲ 네ਗੇਟਿਵ ਦੇ ਉੱਪਰ ਤਾਂ ਫਿਰ ਉਹ ਪੋਜ਼ਿਟਿਵ ਦੇ ਉੱਪਰ ਇੰਨਾ ਸੋਹਣਾ ਰਿਜ਼ਲਟ ਆਇਆ ਨਾ ਉਹ ਉਹਨੂੰ ਮੁੰਡੇ ਨੂੰ ਬਹੁਤ ਪਸੰਦ ਆਇਆ ਵੀ ਤੁਸੀਂ ਵਾਕਈ ਕਮਾਲ ਕਰ ਦਿੱਤੀ ਮਤਲਬ ਇਸ ਤਰ੍ਹਾਂ ਦੀ ਟ੍ਰੇਨਿੰਗ ਮੈਨੂੰ ਘਰੋਂ ਹੀ ਮਿਲਦੀ ਚਲੀ ਗਈ ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਬ੍ਰਦਰ ਨੇ 네ਗੇਟਿਵ ਦੇ ਉੱਤੇ ਡਿਟੇਲਸ ਕੱਢੀਆਂ ਇਸ ਇਸ ਟੈਕਨੀਕ ਦੇ ਬਾਰੇ ਫਿਰ ਇਹ ਥੋੜਾ ਹੋਰ ਇਹਦੇ ਉੱਤੇ ਚਾਨਣ ਪਾਓ ਹਾਂ ਉਹ ਕੀ ਚੀਜ਼ ਹੁੰਦੀ ਸੀਗੀ ਇੱਕ ਨੂੰ ਬੋਲਦੇ ਸੀ ਰਿਟਚਿੰਗ ਡੈਕਸ ਜਿਹਦੇ ਵਿੱਚ ਲਾਈਟ ਬਾਉਂਸ ਕਰਾਈ ਜਾਂਦੀ ਸੀ ਇੱਕ ਪੋਰਸ਼ਨ ਚ 홀 ਹੁੰਦਾ ਸੀਗਾ ਜਿਹਦੇ ਵਿੱਚ 네ਗੇਟਿਵ ਰੱਖ ਕੇ ਨਾ ਬਹੁਤ ਫਾਈਨ ਪੈਨਸਲ ਉਹ ਪੈਨਸਲ ਬਣਾਉਣਾ ਵੀ ਮਤਲਬ ਕੋਈ ਛੋਟਾ ਕੰਮ ਨਹੀਂ ਸੀਗਾ ਉਹਦਾ ਸਿੱਕਾ ਬਹੁਤ ਫਾਈਨ ਕਰ ਦਿੰਦੇ ਸੀ ਪਤਲਾ ਤੇ ਉਹਦੇ ਨਾਲ ਪਹਿਲਾਂ 네ਗੇਟਿਵ ਦੇ ਉੱਪਰ ਸੋਲੂਸ਼ਨ ਲਗਾਇਆ ਜਾਂਦਾ ਸੀਗਾ ਤਾਂ ਕਿ ਉਹ ਜਿਹੜੀ ਪੈਨਸਲ ਦੀ ਜਦੋਂ ਰੀਟਚ ਕਰਾਂਗੇ ਨਾ ਉਹ ਪਕੜ ਬਣ ਜਾਵੇ ਖਾਲੀ ਨੈਗੇਟਿਵ ਦੇ ਉੱਪਰ ਪਕੜ ਬਣ ਨਹੀਂ ਸਕਦੀ। ਇਹ ਸੋਲੂਸ਼ਨ ਕੀ ਹੁੰਦਾ ਉਹ? ਉਹ ਸੋਲੂਸ਼ਨ ਕੋਡੈਕ ਕੰਪਨੀ ਦਾ ਮਿਲਦਾ ਹੁੰਦਾ ਸੀਗਾ। ਉਸ ਨੂੰ ਰੁਮਾਲ ਦੇ ਉੱਪਰ ਲਗਾ ਕੇ ਫਿਰ ਉਹ ਪਿਕਚਰ ਦੇ ਉਹ ਨੈਗੇਟਿਵ ਦੇ ਉੱਪਰ ਰਗ ਕਰ ਲੈਂਦੇ ਸੀ ਹਲਕਾ ਹਲਕਾ। ਫਿਰ ਉਹ ਉਹ ਪੈਨਸਲ ਨੂੰ ਪਕੜਦਾ ਸੀਗਾ। ਤੇ ਫਿਰ ਉਹਦੇ ਨਾਲ ਸਕ੍ਰੈਚੀਜ਼ ਨਹੀਂ ਆਉਂਦੇ ਸੀ। ਨਾ ਨਾ ਬਿਲਕੁਲ ਵੀ ਨਹੀਂ। ਸਕ੍ਰੈਚ ਨਹੀਂ ਆਉਂਦਾ। ਉਹ ਐ ਉਹ ਮਤਲਬ ਦਬਾ ਕੇ ਥੋੜੀ ਚਲਾਣਾ ਹਲਕਾ ਹਲਕਾ ਰਾਉਂਡ ਚ ਘੁਮਾਉਂਦੇ ਸੀ। ਓਕੇ। ਨੈਗੇਟਿਵ ਦੇ ਉੱਪਰ ਨਾ ਬਹੁਤ ਹਲਕਾ ਹਲਕਾ ਘੁਮਾ ਕੇ ਫਿਰ ਉਹ ਪਕੜਦਾ ਸੀਗਾ ਉਸ ਨੂੰ। ਪੈਨਸਲ ਤੇ 네ਗੇਟਿਵ ਵਿੱਚ ਤਾਂ ਇਮੇਜ ਬਹੁਤ ਬਰੀਕ ਛੋਟੀ ਜੀ ਹੁੰਦੀ ਹੈ। ਉਹ ਉਨੀ ਛੋਟੀ ਦੇ ਵਿੱਚ ਪੈਨਸਲ ਦੇ ਨਾਲ ਉਹਨੀਆਂ ਡਿਟੇਲਸ ਕੱਢਣੀਆਂ ਹੋ ਕਿ ਮੈ ਪੋਸਿਬਲ ਹੋਵੇ। ਨਹੀਂ ਉਹ ਉਹੀ ਤਾਂ ਕਮਾਲ ਸੀ ਸਾਰੀ। ਉਹ ਨਾਲੇ 네ਗੇਟਿਵ ਥੋੜਾ 120 ਦਾ ਹੁੰਦਾ ਸੀ 35 ਦਾ ਨਹੀਂ ਨਾ। ਵੱਡੇ ਸਾਈਜ਼ ਚ ਹੁੰਦਾ ਸੀ। 35 ਤਾਂ 35 ਦੇ ਉੱਪਰ ਤਾਂ ਰਿਟਚ ਹੁੰਦਾ ਹੀ ਨਹੀਂ ਉਹ ਕਰੀ ਦੇ ਸਾਰਾ ਬੜਾ ਮੁਸ਼ਕਲ ਹੈ। 120 ਦੇ 네ਗੇਟਿਵ ਉੱਤੇ। ਉਹ ਵੀ ਪੋਰਟਰੇਟ ਹੈ ਵਿੱਚ ਫੇਸ ਐਡਾ ਵੱਡਾ ਆ ਰਿਹਾ। ਹਾਂਜੀ। ਰਿਟਚ ਕਰਨ ਨੂੰ ਸਪੇਸ ਮਿਲ ਜਾਂਦੀ। ਓਕੇ। ਤੋ ਕਰਦੇ ਸੀ ਉਹਦੇ ਨਾਲ ਉਹ ਹਾਈਲਾਈਟਸ ਕੱਢਦੇ ਸੀ ਫੇਸ ਦੀਆਂ ਜਿੱਥੇ-ਜਿੱਥੇ ਹਲਕੀਆਂ ਆ ਉਹਨਾਂ ਨੂੰ ਡਾਰਕ ਕਰ ਦੇਣਾ ਤੇ ਉਹ ਫਿਰ ਪਿਕਚਰ ਬਹੁਤ ਅੱਛੀ ਮਤਲਬ ਨਿਕਲਦੀ ਸੀ ਤੇ ਇਸ ਤੋਂ ਇਲਾਵਾ ਇਹ ਤਾਂ ਇੱਕ ਮੇਰੀ 브ਦਰ ਕੋਲ ਟ੍ਰੇਨਿੰਗ ਸੀਗੀ ਨਹੀਂ ਇਹ ਤੁਹਾਡੇ ਜੋ 브ਦਰ ਨੇ ਉਹ ਐਸ ਵੇਲੇ ਹਜੇ ਹੁਣ ਵੀ ਕੰਮ ਕਰ ਰਹੇ ਨੇ ਹੁਣ ਉਹ ਡਿਜੀਟਲ ਚ ਆ ਗਏ ਉਹ ਵੀ ਅੱਛਾ ਹੁਣ ਉਹ ਰਿਟਚਿੰਗ ਰਿਟਚਿੰਗ ਡਾਰਕਨ ਪ੍ਰੋਸੈਸ ਸਾਰੇ ਖਤਮ ਹੋ ਗਏ ਤੇ ਉਹਨਾਂ ਨੇ ਵੈਸੇ ਆਪਣੇ ਸਟੂਡੀਓ ਨੂੰ ਮੇਨਟੇਨ ਕਰਕੇ ਰੱਖਿਆ ਹੈ ਕਿ ਨਹੀਂ ਹੈ ਸਟੂਡੀਓ ਉਹਨਾਂ ਦਾ ਉੱਤੇ अच्छा ਜਿਹੜਾ ਪ੍ਰੋਪਰ ਫਿਲਮ ਤੋਂ ਨਹੀਂ ਉਹ 네ਗੇਟਿਵ ਤੋਂ ਫੋਟੋਗ੍ਰਾਫਸ ਬਣਾਉਣੀਆਂ ਨਹੀਂ ਉਹ ਤਾਂ ਨਹੀਂ ਹੁਣ ਬਣਾ ਰਹੇ ਉਹ ਉਹਨਾਂ ਨੇ ਵੀ ਹੁਣ ਉਹ ਪ੍ਰਿੰਟਰ ਆਪਣਾ ਬਾਹਰ ਰੱਖ ਲਿਆ اچھا ਆਪਣਾ ਫੋਟੋ ਸਟੂਡੀਓਜ਼ ਖੇਦਦੇ ਆ ਬਾਹਰ ਪ੍ਰਿੰਟ ਤੇ ਪ੍ਰਿੰਟਰ ਤੇ ਕੱਢ ਕੇ ਦੇ ਦਿੰਦੇ ਆ ਉਹ ਪ੍ਰੋਸੈਸ ਹੁਣ ਨਹੀਂ ਹੋ ਰਿਹਾ ਉਹ 네ਗੇਟਿਵ ਰਿਟਚ ਕਰੰਦੇ ਕਿਉਂਕਿ ਹੁਣ ਤਾਂ ਫੋਟੋਸ਼ਾਪ ਜਿਹੜਾ ਆਪਣਾ ਹੈਗਾ ਇਹਦੇ ਵਿੱਚ ਹੀ ਫਿਲਟਰਸ ਆ ਗਏ ਕਿ ਤੁਸੀਂ ਉਹਨੂੰ ਮਤਲਬ ਜੋ ਵੀ ਮੂੰਹ ਦੇ ਉੱਪਰ ਡਾਟਸ ਨੇ ਮਤਲਬ ਪਿੰਪਲਸ ਨੇ ਉਹ ਉਹਦੇ ਪੂਰੀ ਪਾਟ ਰਿਮੂਵਲ ਨੇ ਪਹਿਲਾਂ ਉਹ ਹੱਥ ਨਾਲ ਕਰਦੇ ਸੀਗੇ ਲੋਕਾਂ ਦੇ ਪਿੰਪਲਸ ਜਾਂ ਜੇ ਕੋਈ ਕਿਤੇ ਜ਼ਖਮ ਹੈ ਉਹਨੂੰ ਵੀ ਕਲੀਅਰ ਕਰਨਾ ਹੈ ਸਾਰਾ ਕਰਨਾ ਹੈ ਉਹ ਪੂਰਾ ਫੇਸ ਸਹੀ ਬਣਾਉਣਾ ਹੈ ਤੁਹਾਡੇ ਫਾਦਰ ਦਾ ਵੀ ਤੁਹਾਡੀ ਜ਼ਿੰਦਗੀ 'ਚ ਬਹੁਤ ਇੰਪੋਰਟੈਂਟ ਰੋਲ ਹੈ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਹੈ ਹਾਂਜੀ ਮੇਰੇ ਫਰਸਟ ਗੁਰੂ ਹੀ ਜਿਹੜੇ ਸੀਗੇ ਉਹ ਫਾਦਰ ਸੀਗੇ ਤਾਂ ਮੈਂ ਕਲਾਸ 4 ਜਦੋਂ ਨਾ ਹਲੇ ਸਾਡਾ ਮਿਊਜ਼ੀਅਮ ਦੀ ਬਿਲਡਿੰਗ ਤਿਆਰ ਹੋ ਰਹੀ ਸੀ ਉਹਨਾਂ ਨੂੰ ਮਿਊਜ਼ੀਅਮ ਚ ਜੌਬ ਉਹਨਾਂ ਨੇ ਕੀਤੀ ਹੈ 12 ਸਾਲ ਉਹ ਮਿਊਜ਼ੀਅਮ ਦੀ ਹਲੇ ਬਿਲਡਿੰਗ ਕੰਪਲੀਟ ਨਹੀਂ ਹੋਈ ਸੀ ਮਿਊਜ਼ੀਅਮ ਦਾ ਜਿੰਨਾ ਵੀ ਸਮਾਨ ਸੀਗਾ ਉਹ ਸਾਰਾ ਕਾਲਜ ਆਫ ਆਰਟ ਚ ਰੱਖਿਆ ਗਿਆ ਸੀਗਾ ਪੇਂਟਿੰਗਾਂ ਸਕਲਪਚਰ ਵਗੈਰਾ ਉਹਨਾਂ ਨੂੰ ਉੱਥੇ ਹੀ ਇੱਕ ਡਾਰਕ ਰੂਮ ਬਣਾ ਕੇ ਦਿੱਤਾ ਸੀਗਾ ਤੇ ਉਹ ਉਸ ਡਾਰਕ ਰੂਮ ਚ ਹੀ ਕੰਮ ਕਰਦੇ ਹੁੰਦੇ ਸੀਗੇ ਜਦ ਮੈਂ ਕਲਾਸ 4 ਸੀਗਾ ਮੈਂ ਉਦੋਂ ਤੋਂ ਹੀ ਉੱਥੇ ਜਾਂਦਾ ਹੁੰਦਾ ਸੀਗਾ ਉਹਨਾਂ ਦੇ ਕੋਲ ਉਹਨਾਂ ਨੇ ਮੇਰਾ ਕੱਦ ਹਾਈਟ ਛੋਟੀ ਸੀਗੀ ਉਹਨਾਂ ਨੇ ਕੀ ਕਰਨਾ ਮੈਨੂੰ ਇੱਕ ਸਟੂਲ ਦੇ ਦੇਣਾ ਉਹਦੇ ਉੱਪਰ ਖੜਾ ਕਰ ਦੇਣਾ ਵੀ ਸ਼ੈਲਫ ਤੱਕ ਪਹੁੰਚਾਂ ਤੇ ਫਿਰ ਉਹਨਾਂ ਨੇ ਇਹਨਾਂ ਛੋਟੇ-ਛੋਟੇ ਕੰਟੈਕਟ ਪ੍ਰਿੰਟ ਉਹਦੇ ਵਿੱਚ ਪਾਈ ਜਾਨੇ ਮੈਨੂੰ ਚਿਮਟੀ ਦੇ ਦੇਣੀ ਵੀ ਤੂੰ ਇਹਨੂੰ ਡਵੈਲਪ ਕਰ ਮੇਰਾ ਮਤਲਬ ਡਾਰਕ ਰੂਮ ਤਾਂ ਮੈਂ ਬਚਪਨ ਤੋਂ ਹੀ ਦੇਖ ਰਿਹਾ ਫਿਰ ਉਸ ਤੋਂ ਬਾਅਦ ਜਦ ਮੈਂ بڑا ਹੋ ਗਿਆ ਫਿਰ ਡਾਰਕ ਰੂਮ ਸ਼ਿਫਟ ਹੋ ਗਿਆ ਆਪਣਾ ਮਿਊਜ਼ੀਅਮ ਦੇ ਵਿੱਚ ਇੱਥੇ ਤਾਂ ਮੈਂ ਆਮ ਜਾਂਦਾ ਹੀ ਰਹਿੰਦਾ ਸੀਗਾ ਤਾਂ ਉਹ ਮੈਨੂੰ ਜਦ ਵੀ ਮੈਂ ਉੱਥੇ ਜਾਂਦਾ ਸੀ ਮੈਨੂੰ ਉਹ ਡਿਜ਼ਾਈਨ ਸੈਂਟਰ ਜ਼ਰੂਰ ਲੈ ਜਾਂਦੇ ਹੁੰਦੇ ਸੀ ਕਾਲਜ ਆਫ ਆਰਟ ਜ਼ਰੂਰ ਲੈ ਜਾਂਦੇ ਸੀ ਉੱਥੇ ਪਹਿਲਾਂ ਕਾਲਜ ਆਫ ਆਰਟ ਦੇ ਵਿੱਚ ਹੱਥਾਂ ਦਾ ਕੰਮ ਵੀ ਬਹੁਤ ਹੁੰਦਾ ਹੁੰਦਾ ਸੀਗਾ ਜਿਹੜਾ ਉਹ ਬਾਅਦ ਉਹ ਪੀਰੀਅਡ ਖਤਮ ਹੋ ਗਿਆ ਮੇਰੇ ਕਲਾ ਦੇ ਖਿਆਲ ਤੋਂ ਬੰਦ ਦੇ ਨਹੀਂ ਲੱਕੜ ਦਾ ਕੰਮ ਹੁੰਦਾ ਸੀਗਾ 골ਡ ਦਾ ਮਤਲਬ ਮੈਟਲ ਦੇ ਉੱਪਰ ਕੰਮ ਹੁੰਦਾ ਸੀ ਉਹ ਮੈਨੂੰ ਜ਼ਰੂਰ ਦਿਖਾਉਂਦੇ ਹੁੰਦੇ ਸੀ ਕਿ ਪਿੱਛੇ ਡਿਜ਼ਾਈਨ ਸੈਂਟਰ ਚ ਹਾਂ ਡਿਜ਼ਾਈਨ ਸੈਂਟਰ ਚ ਤਾਂ ਉਧਰੋਂ ਮੈਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਕਿ ਤੂੰ ਇਹ ਦੇਖ ਉਹਨਾਂ ਨਾਲ ਇੰਟਰੋਡਕਸ਼ਨ ਕਰਾਣੀ ਜਿਹੜੇ ਆਰਟਿਸਟ ਕੰਮ ਕਰ ਰਹੇ ਹੁੰਦੇ ਸੀਗੇ ਮਤਲਬ ਬਚਪਨ ਤੋਂ ਮੇਰਾ ਮਾਹੌਲ ਆਰਟ ਨਾਲ ਹੀ ਰਿਹਾ ਫਿਰ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਮਿਊਜ਼ੀਅਮ ਦੇ ਵਿੱਚ ਆਂਦਾ ਰਹਿੰਦਾ ਸੀ ਉਹਨਾਂ ਦੇ ਕੋਲ ਮੈਂ ਮਿਊਜ਼ੀਅਮ ਦਾ ਰਾਉਂਡ ਵੀ ਮਾਰਦਾ ਸੀ ਜਦ ਵੀ ਸਾਡੇ ਕੋਈ ਰਿਲੇਟਿਵ ਆਉਂਦੇ ਸਨ ਸਾਡਾ ਪਹਿਲਾ ਕੰਮ ਹੁੰਦਾ ਸੀ ਅਸੀਂ ਉਹਨਾਂ ਨੂੰ ਮਿਊਜ਼ੀਅਮ ਚ ਹੀ ਘੁਮਾਉਂਦੇ ਸੀ ਇਹ ਲਿਆ ਕੇ ਤਾਂ ਉਹ ਸਿਰੀਆਂ ਪੇਂਟਿੰਗਾਂ ਦਿਖਾਉਣੀਆਂ ਸਾਰੀਆਂ ਮਿਨੇਚਰ ਪੇਂਟਿੰਗਸ ਦਿਖਾਉਣੀਆਂ ਤਾਂ ਐਦਾ ਮਤਲਬ ਜਿਹੜਾ ਮਾਹੌਲ ਰਿਹਾ ਉਹ ਤੁਹਾਡਾ ਮਾਹੌਲ ਤੁਹਾਡੇ ਚਾਈਲਡਹੂਡ ਵਿੱਚ ਸਾਰਾ ਆਰਟ ਦੇ ਰਿਲੇਟਿਡ ਰਿਹਾ ਫਿਰ ਤੁਸੀਂ ਨਾਨ ਮੈਡੀਕਲ ਪੜਨ ਲਈ ਕਿਉਂ ਚਲੇ ਮੈਂ ਤੁਹਾਨੂੰ ਦੱਸਿਆ ਨਾ ਕਿ ਹਰ ਪੇਰੈਂਟਸ ਉਹ ਚਾਹੁੰਦਾ ਸੀਗਾ ਕਿ ਸਾਡਾ ਬੱਚਾ ਇੰਜੀਨੀਅਰ ਬਣੇ ਡਾਕਟਰ ਬਣੇ ਬੱਚੇ ਦਾ ਤਾਂ ਤਾਂ ਦਿਮਾਗ ਦੇਖਣਾ ਨਹੀਂ ਅੱਛਾ ਉਸ ਟਾਈਮ ਬੱਚੇ ਇੰਨਾ ਗੰਬੈਲਵ ਨਹੀਂ ਕਰਦੇ ਸੀਗੇ ਕਿ ਮੈਂ ਕਿੱਧਰ ਜਾਣਾ ਇੱਕ ਵਾਰੀ ਮੈਨੂੰ ਕਾਲਜ ਆਫ ਆਰਟ ਚ ਵੀ ਪਾਣ ਲੱਗੇ ਸੀਗੇ ਨਾ ਨਹੀਂ ਤਾਂ ਮੈਂ ਇੱਕ ਵਾਰੀ ਫਾਰਮ ਤਾਂ ਭਰਿਆ ਸੀਗਾ ਪਰਮਿਸ਼ਨ ਲੈਣ ਵਾਸਤੇ ਅੱਛਾ ਤੇ ਇੱਕ ਤਾਂ ਮੇਰੇ ਫਾਦਰ ਦੀ ਮਤਲਬ ਅੱਛਾ ਹਾਂ ਇੱਕ ਮੈਂ ਫਾਦਰ ਬਾਰੇ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਕਿ ਬਹੁਤ ਘੱਟ ਲੋਕ ਜਾਣਦੇ ਆ ਕਿ ਮੇਰੇ ਫਾਦਰ ਵੀ ਮਿਊ ਸਕੂਲ ਆਫ ਆਰਟ ਦੇ ਪੜ੍ਹੇ ਹੋਏ ਸੀਗੇ ਓਕੇ ਉਹਨਾਂ ਨੇ ਹਾਂ ਲਾਹੌਰ ਦੇ ਵਿੱਚ ਉਹ ਉੱਥੇ ਜਦੋਂ 2 ਸਾਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਟ੍ਰੇਨਿੰਗ ਲੈ ਕੇ ਆਏ ਸੀਗੇ ਉੱਥੋਂ ਉਹ ਦਿੱਲੀ ਗਏ ਸੀ ਫੋਟੋਗ੍ਰਾਫੀ ਸਿੱਖਣ ਫੋਟੋਗ੍ਰਾਫੀ ਦੀ ਉੱਥੇ ਨਾ ਉਹਨਾਂ ਨੂੰ ਪੇਂਟਿੰਗ ਵੀ ਨਾਲ-ਨਾਲ ਉਸਤਾਦ ਜੀ ਸਿਖਾਉਂਦੇ ਰਹਿੰਦੇ ਸੀਗੇ ਉਹਨਾਂ ਦੇ ਜਿਹੜੇ ਉਸਤਾਦ ਜੀ ਸੀਗੇ ਦਿੱਲੀ ਵਿੱਚ ਕਿੱਥੇ ਦਿੱਲੀ ਦੇ ਚ ਕਮਲਾ ਨਗਰ ਸੀਗਾ ਹਾਂ ਜੀ ਕਿ ਕਮਲਾ ਨਗਰ ਚ ਨਾ ਉਹਨਾਂ ਦੇ ਉਸਤਾਦ ਜੀ ਸੀਗੇ ਜਿਹੜੇ ਸਟੂਡੈਂਟਸ ਨੂੰ ਨਾ ਫ੍ਰੀ ਆਫ ਕਾਸਟ ਦੇ ਫੋਟੋਗ੍ਰਾਫੀ ਸਿਖਾਉਂਦੇ ਸੀਗੇ ਉਹ ਆਪ ਬੜੇ ਅੱਛੇ ਫੋਟੋਗ੍ਰਾਫਰ ਸੀਗੇ ਆਪ ਕੋਟੇ ਕੰਪਨੀ ਦੇ ਉਸ ਟਾਈਮ ਫੋਟੋਗ੍ਰਾਫਰ ਸੀਗੇ ਤਾਂ ਬਹੁਤ ਅੱਛੀ ਤਨਖਾਹ ਸੀ ਉਹ ਕਹਿੰਦੇ ਮੈਂ ਕੀ ਬੱਚਿਆਂ ਤੋਂ ਲੈਣਾ ਮੈਂ ਫ੍ਰੀ ਪੜ੍ਹਾਉਂਗਾ ਤਾਂ ਉਸ ਬੈਚ ਚ ਪ੍ਰਾਨ ਸਾਹਿਬ ਵੀ ਸੀਗੇ ਜਿਹੜੇ ਐਕਟਰ ਰਹੇ ਆ ਆਪਣੇ ਤੇ ਉਹ ਉਹਨਾਂ ਦੀਆਂ ਗੱਲਾਂ ਵੀ ਸਾਨੂੰ ਸੁਣਾਉਂਦੇ ਹੁੰਦੇ ਸੀਗੇ ਉਹਨਾਂ ਦੀ ਸ਼ਰਾਰਤਾਂ ਪ੍ਰਾਨ ਸਾਹਿਬ ਦੀਆਂ ਕਹਿੰਦੇ ਉਹਦੇ ਵਿੱਚ ਸ਼ੁਰੂ ਤੋਂ ਹੀ ਨਾ ਉਹਨਾਂ ਦਾ ਟੈਲੈਂਟ ਅਲੱਗ ਸੀਗਾ ਫੋਟੋਗ੍ਰਾਫੀ ਚ ਇੰਨਾ ਧਿਆਨ ਨਹੀਂ ਸੀਗਾ ਉਹਨਾਂ ਦਾ ਮਤਲਬ ਮਜ਼ਾਕ ਕਰਨਾ ਐਦਾ ਮਤਲਬ ਐਕਟਿੰਗ ਕਰ ਕਰਕੇ ਦਿਖਾਉਣਾ ਸਾਨੂੰ ਕਹਿੰਦੇ ਉਹਨਾਂ ਦੇ ਸ਼ੁਰੂ ਹੀ ਉਹਨਾਂ ਦੇ ਵਿੱਚ ਚੱਲ ਰਿਹਾ ਸੀਗਾ ਐਦਾਂ ਦੀ ਉਹਨਾਂ ਨੇ ਕਈ ਗੱਲਾਂ ਸਾਨੂੰ ਸੁਣਾਉਂਦੇ ਸੀ ਉਹਨਾਂ ਬਾਰੇ ਤੇ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਇੱਕ ਮਹਾਰਾਜਾ ਭੁਪਿੰਦਰ ਸਿੰਘ ਦਾ ਮਹਾਰਾਜਾ ਪਟਿਆਲੇ ਪਟਿਆਲਾ ਜਿਹੜੇ ਉਮਰਿੰਦਰ ਸਿੰਘ ਹੁਣ ਹੈਗੇ ਇਹਨਾਂ ਦੇ ਦਾਦਾ ਜੀ ਹਾਂਜੀ ਇਹਨਾਂ ਦਾ ਚਾਰ ਕੋਲ ਦੇ ਵਿੱਚ ਉਹਨਾਂ ਨੇ ਇੱਕ ਡਰਾਇੰਗ ਬਣਾਈ ਤਾਂ ਬੜੀ ਸੋਹਣੀ ਬਣੀ ਡਰਾਇੰਗ ਉਹ ਡਰਾਇੰਗ ਨੂੰ ਲੈ ਆਏ ਫਿਰ ਪਟਿਆਲੇ ਉਹ ਉੱਥੇ ਇੱਕ ਮਹਾਰਾਜਾ ਪਟਿਆਲਾ ਦੇ ਇੱਕ ਆਰਟਿਸਟ ਸੀਗੇ ਡਬਲਯੂ ਐਮ ਹਟਨ ਜਿਹੜੇ ਜਰਮਨ ਦੇ ਸੀਗੇ ਉਹਨਾਂ ਨਾਲ ਫਾਦਰ ਦੀ ਦੋਸਤੀ ਸੀਗੀ ਬਚਪਨ ਤੋਂ ਹੀ ਮਤਲਬ ਹੈ ਤਾਂ 15-16 ਸਾਲ ਦੇ ਸੀ ਪਰ ਔਰ ਉਹਨਾਂ ਨੂੰ ਨਾ ਆਪਣਾ ਕੰਮ ਦਿਖਾਉਂਦੇ ਰਹਿੰਦੇ ਹੁੰਦੇ ਸੀਗੇ ਤੇ ਉਹ ਉਹ ਆਰਟਿਸਟ ਸੀਗੇ ਜਿਨ੍ਹਾਂ ਨੇ ਉਹ ਸ਼ੇਰਾਂ ਦੀਆਂ ਸ਼ਿਕਾਰੀ ਵੀ ਬੜੇ ਅੱਛੇ ਸੀਗੇ ਉਹਨਾਂ ਨੇ ਨਾ ਸ਼ੇਰਾਂ ਦੀ ਖੱਲਾ ਜਿਹੜੀਆਂ ਜਿਹੜਾ ਸ਼ਿਕਾਰ ਕਰਕੇ ਸ਼ੇਰ ਚੂਰ ਮਾਰੇ ਜਾਂਦੇ ਸੀਗੇ ਉਹਨਾਂ ਨੂੰ ਭਰਦੇ ਸੀਗੇ ਹਾਂ ਹਾਂ ਤਾਂ ਫਾਦਰ ਸਾਹਿਬ ਇਹ ਵੀ ਦੱਸਦੇ ਹੁੰਦੇ ਸੀ ਵੀ ਉਹਨਾਂ ਦੀ ਜਿਹੜੀ ਅੱਖਾਂ ਸੀਗੀਆਂ ਜਿਹੜੀਆਂ ਕੰਚ ਦੀਆਂ ਸ਼ੀਸ਼ੇ ਦੀਆਂ ਹੁੰਦੀਆਂ ਸੀਗੀਆਂ ਉਹ ਲੰਡਨ ਤੋਂ ਆਉਂਦੀਆਂ ਸੀ ਇੰਗਲੈਂਡ ਤੋਂ ਹਾਂ ਹਾਂ ਤਾਂ ਬਾਕੀ ਸਾਰੀ ਖੱਲ ਨੂੰ ਇੱਥੇ ਤਿਆਰ ਕਰਾਇਆ ਜਾਂਦਾ ਸੀ ਪਟਿਆਲੇ 'ਚ ਉਹਨਾਂ ਦੇ ਐਕਸ਼ਨ ਕਿਦਾਂ ਬਣਾਣੇ ਆ ਉਹ ਡਬਲਯੂ ਮੈਟ ਹਟਨ ਨੂੰ ਉਹਨਾਂ ਦਾ ਕੰਮ ਹੁੰਦਾ ਸੀਗਾ ਤਾਂ ਉਹਨਾਂ ਨੂੰ ਨਾ ਉਹਨਾਂ ਨੇ ਸਕੈਚ ਦਿਖਾਇਆ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੇ ਦੇਖ ਕੇ ਕਿਹਾ ਵੀ ਵੀ ਬੇਟੇ ਤਾ ਭੋਸਣਾ ਬਣਾਇਆ ਤੂੰ ਤੇ ਤੇਰੇ ਵਾਸਤੇ ਹੁਣ ਆਪਾਂ ਨੂੰ ਕੁਝ ਕਰਨਾ ਹੈ ਉਹਨਾਂ ਨੇ ਨਾ ਫਿਰ ਸਕੀਮ ਦੱਸੀ ਵੀ ਜਦ ਮਹਾਰਾਜ ਦਾ ਪ੍ਰੋਸੀਸ਼ਨ ਨਿਕਲੇਗਾ ਨਾ ਹਾਂਜੀ ਜਗ੍ਹਾ ਸਿਲੈਕਟ ਕਰ ਲਈ ਗਈ ਤੂੰ ਉੱਥੇ ਖੜ੍ਹ ਜੀ ਇਹ ਡਰਾਇੰਗ ਲੈ ਕੇ ਆਪਣੀ ਜਦ ਮੈਂ ਤੈਨੂੰ ਇਸ਼ਾਰਾ ਕਰੂਗਾ ਨਾ ਮੈਂ ਉਹਨਾਂ ਦੇ ਨਾਲ ਹੀ ਬੈਠਾ ਹੋਊਗਾ ਮਹਾਰਾਜ ਦੇ ਨਾਲ ਤੂੰ ਇਸ ਨੂੰ ਆਪਣੀ ਡਰਾਇੰਗ ਨੂੰ ਉੱਚਾ ਕਰਕੇ ਦਿਖਾਈ ਪੀੜ ਚੋਈ ਬਾਕੀ ਮੈਂ ਸੰਭਲੂਗਾ ਹੋਰ ਵੀ ਉਦਾਂ ਹੀ ਪੋਸੈ ਉਹ ਨਿਕਲ ਰਿਹਾ ਸੀਗਾ ਪੋਸੈਸ਼ਨ ਤੇ ਉਹਦੇ ਵਿੱਚ ਕੀ ਹੋਇਆ ਕਿ ਪਿਤਾ ਜੀ ਉਹਨਾਂ ਨੇ ਇਸ਼ਾਰਾ ਕਰਿਆ ਵੀ ਹਾਂ ਵੀ ਤੂੰ ਦਿਖਾ ਪਿਤਾ ਜੀ ਨੇ ਡਰਾਇੰਗ ਚੱਕੀ ਤਾਂ ਆਪ ਹੀ ਉਹਨਾਂ ਨੇ ਨਿਗਾ ਪਵਾਤੀ ਡਬਲਯੂ ਐਮ ਹਟਾ ਜੀ ਨੇ ਵੀ ਉਹ ਉਹ ਸਾਹਮਣੇ ਨਾ ਕੋਈ ਬੱਚਾ ਕੁਝ ਦਿਖਾ ਰਿਹਾ ਉਹ ਮਹਾਰਾਜ ਦੀ ਵੀ ਨਿਗਾਹ ਹੀ ਕਹਿੰਦੇ ਕੀ ਦਿਖਾ ਰਿਹਾ ਕਹਿੰਦੇ ਸ਼ਾਇਦ ਤੁਹਾਡੀ ਡਰਾਇੰਗ ਹੈ ਪੇਂਟਿੰਗ ਬਣਾਈ ਹੋਈ ਹੈ ਤਾਂ ਉਹ ਕਹਿੰਦੇ ਫੇਰ ਇਹਨੂੰ ਕੱਲ ਦਰਬਾਰ ਚ ਭੇਜੋ ਬੱਚੇ ਨੂੰ ਆਰਡਰ ਆ ਗਏ ਦਰਬਾਰ ਚ ਪੇਸ਼ ਹੋ ਗਏ ਫਿਰ ਦਰਬਾਰ ਚ ਦਰਬਾਰ ਜਦ ਪੇਸ਼ ਹੋਏ ਤਾਂ ਫਿਰ ਰਾਜਾ ਸਾਹਿਬ ਨੂੰ ਮਹਾਰਾਜ ਨੂੰ ਵੀ ਬਹੁਤ ਅੱਛੀ ਲੱਗੀ ਪੇਂਟਿੰਗ ਉਹ ਕਹਿੰਦੇ ਵੀ ਫਿਰ ਆਪਾਂ ਇਸ ਬੱਚੇ ਬਾਰੇ ਕੀ ਕਰੀਏ ਤੁਸੀਂ ਦੱਸੋ ਉਹ ਕਹਿੰਦੇ ਜੀ ਆਪਾਂ ਇਹਨਾਂ ਨੂੰ ਕਾਲਜ ਆਫ ਆਰਟ ਸਕੂਲ ਆਫ ਆਰਟ ਉੱਥੇ ਲਾਹੌਰ ਭੇਜ ਸਕਦੇ ਹਾਂ ਸਟੱਡੀ ਵਾਸਤੇ ਉੱਥੇ ਭੇਜਤਾ ਗਿਆ 15 ਰੁਪਏ ਵਜੀਫੇ ਤੇ 15 ਰੁਪਏ ਜ ਉਹਨਾਂ ਦਾ ਬਹੁਤ ਅੱਛਾ ਗੁਜ਼ਾਰਾ ਹੋ ਰਿਹਾ ਸੀਗਾ ਅੱਛਾ ਕੀ ਮੇਰੇ ਮਦਰ ਨੂੰ ਵੀ ਰੱਖਿਆ ਹੋਇਆ ਸੀਗਾ ਉਹਨਾਂ ਨੇ ਪਹਿਲਾਂ ਛੋਟੀ ਉਮਰਾਂ ਚ ਵਿਆਹ ਹੋ ਜਾਂਦੇ ਸੀਗੇ ਇਕੱਠੇ ਉੱਥੇ ਰਹਿ ਰਹੇ ਸੀਗੇ ਨਾਲੇ ਪੜ ਰਹੇ ਸੀਗੇ ਬੜਾ ਅੱਛਾ ਚੱਲਿਆ 2 ਸਾਲ ਬੜੀ ਅੱਛੀ ਟ੍ਰੇਨਿੰਗ ਉਹਨਾਂ ਨੇ ਲਈ ਤੇ ਹੋਇਆ ਕੀ ਕਿ ਇਨ ਬਿਟਵੀਨ ਡੈਥ ਹੋ ਗਈ ਭੁਪਿੰਦਰ ਸਿੰਘ ਜੀ ਦੀ ਯਾਦਵਿੰਦਰ ਯਾਦਵਿੰਦਰ ਸਿੰਘ ਜੀ ਗੱਡੀ ਦੇ ਬੈਠੇ ਉਹਨਾਂ ਨੇ ਵਜੀਫਾ ਘਟਾਤਾ ਕਹਿੰਦੇ ਮੈਂ ਤਾਂ 10 ਰੁਪਏ ਦੇ ਸਕਦਾ ਇਹ ਕਹਿੰਦੇ ਮੇਰਾ 10 ਰੁਪਏ ਦਾ ਗੁਜ਼ਾਰਾ ਨਹੀਂ ਹੋਊਗਾ ਇਹ ਛੱਡ ਕੇ ਆ ਕੇ 2 ਸਾਲ ਦਾ ਹੀ ਕੋਰਸ ਸਿਰਫ 2 ਸਾਲ ਦਾ ਹੀ ਕਰਕੇ 5 ਸਾਲ ਦਾ ਕੰਪਲੀਟ ਨਹੀਂ ਕਰਿਆ ਉਸ ਦਰਮਿਆਨ ਚ ਇਹਨਾਂ ਨੇ ਪੇਂਟਿੰਗਾਂ ਬਣਾਈਆਂ ਬੜੀਆਂ achੀਆਂ ਮਹਾਰਾਜ ਭੁਪਿੰਦਰ ਸਿੰਘ ਦੀਆਂ ਉਹਨਾਂ ਦੀ ਡਰਾਇੰਗ ਵੀ ਬੜੀ ਸੋਹਣੀ ਹੁੰਦੀ ਸੀ ਮੇਰੇ ਫਾਦਰ ਸਾਹਿਬ ड्राइंग ਦਾ ਤਾਂ ਇਦਾਂ ਹੈ ਕਿ ਮੈਂ 8ਵੀਂ 9ਵੀਂ ਵਿੱਚ ਵਰਦਾ ਸੀ ਇੱਕ ਵਾਰੀ ਤੇ ਹੋਇਆ ਕੀ ਕਿ ਆਮ ਤੌਰ ਤੇ ਨਾ ਜਦ ਘਰ 'ਚ ਮੈਨੂੰ ਕਹਿੰਦੇ ਸੀ ਆਪਣੀ ਡਰਾਇੰਗ ਫਾਈਲ ਦਿਖਾ ਤਾਂ ਮੈਂ ਆਪਣੀ ਡਰਾਇੰਗ ਫਾਈਲ ਦਿਖਾਈ ਉਹਦੇ ਵਿੱਚ ਇੱਕ ਸਟਿਲ ਲਾਈਫ ਮੈਂ ਬਣਾਈ ਸੀਗੀ ਬੁੱਕ ਪਈ ਹੈ ਬੁੱਕ ਦੇ ਉੱਪਰ ਬੋਟਲ ਹੈ ਉਹ ਬੋਟਲ ਦੇਖ ਕੇ ਮੈਨੂੰ ਕਹਿੰਦੇ ਗੱਲ ਸੁਣ ਕਹਿੰਦੇ ਇਹ ਬੋਟਲ ਲੱਕੜ ਦੀ ਸੀਗੀ ਮੈਂ ਕਿਹਾ ਨਹੀਂ ਕੰਚ ਦੀ ਸੀ ਕਹਿੰਦੇ ਫਿਰ ਇਹ ਕੰਚ ਤਾਂ ਨਜ਼ਰ ਹੀ ਨਹੀਂ ਆ ਰਿਹਾ ਤੂਏ ਕੀ ਕੀਤਾ ਇੱਕ ਪਾਸੇ ਸ਼ੇਡ ਪਾਤੀ ਡਾਰ ਕਰਤਾ ਇੱਕ ਪਾਸੇ ਲਾਈਟ ਕਰਤਾ ਮੈਂ ਕਹਿੰਦਾ ਸੰਦਾ ਸਖਾਈ ਆਈ ਜਾਂਦਾ ਵੀ ਆਹ ਦਰਵਾਜ਼ਾ ਖੋਲ੍ਹਾ ਇਧਰੋਂ ਲਾਈਟ ਆ ਰਹੀ ਐ ਇਧਰੋਂ ਬੰਦ ਐ ਦ ਡਾਰ ਕਰ ਦੋ ਅਜ ਤਾਂ ਕਰ ਦੇਦਾ ਕਹਿੰਦੇ ਕੰਚਾ ਇਹ ਇਹ ਸੋਲਿਡ ਨਹੀਂ ਐ ਚੀਜ਼ ਇਧਰੋਂ ਲਾਈਟ ਪੈਗੀ ਆਰ ਪਾਰ ਨਿਕਲ ਜਾਏਗੀ ਫਿਰ ਉਹਨਾਂ ਨੇ ਨਾ ਪੈਨਸਲ ਲੈ ਕੇ ਮੇਰੇ ਉਥੋਂ ਮੇਰੇ ਕੋਲੋਂ ਉਹ ਸ਼ੇਡ ਭਰ ਕੇ ਦਿਖਾਈ ਉਹਨਾਂ ਨੇ ਕਿਆ ਕਮਾਲ ਦੀ ਸ਼ੇਡ ਉਸ ਟਾਈਮ ਮੈਨੂੰ ਭਰ ਕੇ ਦਿਖਾਈ ਬਿਲਕੁਲ ਕੱਚ ਵਰਗੀ ਬਣਾ ਕੇ ਦਿਖਾਤੀ ਬੋਟਲ ਹਾਈਲਾਈਟਸ ਕੱਡੀਆਂ ਸ਼ੇਡ ਜਿੱਥੇ ਜਿੱਥੇ ਪੈਣੀ ਚਾਹੀਦੀ ਸੀ ਉੱਤੇ ਉੱਤੇ ਪਾਈ ਤਾਂ ਇਸ ਤਰ੍ਹਾਂ ਦੀ ਟ੍ਰੇਨਿੰਗ ਮੇਰੀ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਮੇਰੀ ਘਰੋਂ ਹੀ ਹੋਈ ਬੇਸਿਕਲੀ ਤੁਹਾਨੂੰ ਕਾਲਜ ਵਿੱਚ ਜੋ ਤੁਸੀਂ ਪੜ੍ਹਨਾ ਸੀ ਉਹ ਤੁਹਾਡਾ ਸ਼ੁਰੂ ਤੋਂ ਰਦਰ ਤੁਹਾਨੂੰ ਤੁਸੀਂ ਜ਼ਿਆਦਾ ਉਹ ਚੀਜ਼ਾਂ ਦੇ ਨਜ਼ਦੀਕ ਕੋ ਨਜ਼ਦੀਕ ਨਜ਼ਦੀਕ ਤੋਂ ਦੇਖਿਆ ਉਹਨਾਂ ਨੂੰ ਤਾਂ ਉਹ ਫਿਰ ਟੀਚਰ ਵੀ ਦੇਖ ਕੇ ਹੈਰਾਨ ਹੋ ਗਿਆ ਸੀ ਉਹ ਮੈਨੂੰ ਕਹੇ ਭਾਈ ਇਹ ਦੱਸ ਇਹ ਸ਼ੇਡ ਕਿੱਥੋਂ ਆਈ ਆ ਕਿਨੇ ਵਾਰੀ ਆ ਫੇ ਮੈਂ ਦੱਸਿਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਇੰਡੀਪੈਂਡੈਂਟਲੀ ਪਹਿਲੀ ਵਾਰੀ ਕੈਮਰੇ ਨੂੰ ਕਦੋਂ ਵਰਤਿਆ ਇੰਡੀਪੈਂਡੈਂਟਲੀ ਤਾਂ ਨਹੀਂ ਜਦ ਮੇਰੀ ਜੌਬ ਨਹੀਂ ਉਹ ਤਾਂ ਜਦ ਮੈਂ ਸਟੂਡੀਓ ਆਪਣੀ ਚੰਡੀਗੜ੍ਹ ਤੋਂ ਦੱਸਿਆ ਮੈਂ ਆ ਗਿਆ ਸੀਗਾ ਤਾਂ ਇੱਥੇ ਮੈਂ ਆਪਣੀ ਵੀ ਸਟੂਡੀਓ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਇੰਡੀਪੈਂਡੈਂਟ ਮੈਂ ਚਲਾ ਰਿਹਾ ਸੀ ਆਪਣਾ ਕੈਮਰਾ ਇਹ ਹੈਗਾ 745 ਦੀ ਅੰਗਲ ਨੇ ਮੇਰੀ ਸਿਸਟਰ ਬਾਰੇ ਵੀ ਮੈਂ ਤੁਹਾਨੂੰ ਦੱਸ ਦਵਾਂ ਹਾਂਜੀ ਕਿ ਉਹ ਬਹੁਤ ਸੋਹਣੀ ਡਰਾਇੰਗ ਬਣਾਉਂਦੀ ਸੀ ਬਚਪਨ 'ਚ ਹੀ ਜਦ ਇੱਕ ਸਾਡੇ ਨਾ ਪਟਿਆਲੇ ਸਾਈਡ ਤੇ ਇੱਕ ਤਿਹਾਰ ਹੁੰਦਾ ਹੋਈ ਹਾਂਜੀ ਇਸ ਏਰੀਆ ਦੇ ਬੰਦੇ ਜਾਣਦੇ ਵੀ ਹੋਣਗੇ ਹਾਂਜੀ ਬਿਲਕੁਲ ਪਤਾ ਮੈਨੂੰ ਤਾਂ ਉਹ ਸਾਡੇ ਚੰਡੀਗੜ੍ਹ ਵੀ ਅਸੀਂ ਉਹ ਕੰਟੀਨਿਊ ਕਰਿਆ ਉਹ ਨਾ ਕਿਚਨ ਦੇ ਵਿੱਚ ਉਹ ਡਾਇਗਰਾਮ ਬਣਾਉਂਦੇ ਹੁੰਦੇ ਸੀਗੇ ਉਹ ਹੀ ਮਾਤਾ ਦੀ ਹਾਂਜੀ ਮੈਂ ਅਸੀਂ ਪੜੋਸ 'ਚ ਵੀ ਦੇਖਣਾ ਇੱਕ ਟ੍ਰੈਡੀਸ਼ਨਲ ਜੀ ਆਮ ਸਾਰੇ ਬਣਾਉਂਦੇ ਸੀਗੇ ਹੂੰ ਹੂੰ ਬੜੀ ਸਿੰਪਲ ਜੀ ਫਾਰਮ ਤੇ ਪਰ ਮੇਰੀ ਸਿਸਟਰ ਨਾ ਰਸੋਈ ਦੇ ਵਿੱਚ ਪੂਰੀ ਪੂਰੀ ਲక్ష్ਮੀ ਪੇਂਟ ਕਰਦੀ ਸੀਗੀ। ਹੋਰ ਇਹ ਨਹੀਂ ਕਿ ਹੱਥ ਤੋਂ ਇਹ ਨਹੀਂ ਕਿ ਅਨਾੜੀ ਬੱਚੇ ਦਾ ਕੰਮ ਨਹੀਂ ਹੈ। ਪੂਰਾ ਰੀਅਲਿਸਟਿਕ ਉਹ ਬਣਾ ਦਿੰਦੀ ਸੀਗੀ। ਮਤਲਬ ਘਰ 'ਚ ਹੀ ਸਾਰਾ ਆਰਟ ਚੱਲ ਰਿਹਾ ਸੀ ਉਹ ਹੌਲੀ-ਹੌਲੀ ਮੇਰੇ ਅੰਦਰ ਜਾ ਰਿਹਾ ਸੀਗਾ। ਤੁਸੀਂ ਪਹਿਲੀ ਵਾਰੀ ਕਦੋਂ ਕੈਮਰਾ ਵਰਤੇਆ? ਕਿ ਕਿਸ ਚੀਜ਼ ਦੀ ਤਸਵੀਰ ਲੈਣ ਗਏ? ਮੈਨੂੰ ਮਿਊਜ਼ੀਅਮ ਦੇ ਵਿੱਚ ਜੌਬ ਮਿਲ ਗਈ। ਤੇ ਐਟਮੋਸਫੀਅਰ ਐਸਾ ਸੀਗਾ ਜਿਵੇਂ ਉੱਥੇ ਕੈਂਟੀਨ ਹੁੰਦੀ ਸੀਗੀ ਕੈਂਟੀਨ ਦੇ ਵਿੱਚ ਸਾਰੇ ਸਟੂਡੈਂਟ ਬੈਠਦੇ ਹੁੰਦੇ ਸੀ ਦੀਵਾਨ ਮੰਨਾ ਜੀ ਵੀ ਉੱਥੇ ਬੈਠਦੇ ਸੀ ਆ ਕੇ ਬਹਿਲ ਸਰਪਜੀਤ ਹੋਰ ਵੀ ਕਈ ਦੋਸਤ ਸੀਗੇ ਜਿਹੜੀ ਮੇਰੀ ਜ਼ਿਆਦਾ ਦੋਸਤੀ ਪਈ ਨਾ ਉਹ ਮਿਸਟਰ ਬਹਿਲ ਨਾਲ ਪਈ ਕਿਉਂਕਿ ਹਾਂ ਉਮਰਾਂ ਬਰਾਬਰ ਸੀਗੀਆਂ ਉਦੋਂ ਦੋਸਤੀਆਂ ਮੇਰੀਆਂ ਕਾਲਜ ਆਫ ਆਰਟ ਦੇ ਸਟੂਡੈਂਟਸ ਨਾਲ ਹੋ ਗਈਆਂ ਸੀਗੀਆਂ ਤਾ ਉੱਥੇ ਬੜੀ ਇੱਕ ਇੰਟਰਸਟਿੰਗ ਜਦ ਜਦ ਮੇਰਾ ਮਤਲਬ ਮੋੜ ਆਇਆ ਇਧਰ ਨੂੰ ਵਰਕ ਆਫ ਆਰਟ ਚ ਆਰਟ ਫੀਲਡ ਦੇ ਵਿੱਚ ਉਦੋਂ ਫੋਟੋ ਫਲੱਡ ਲੈਂਪਸ ਅਸੀਂ ਯੂਜ਼ ਕਰਦੇ ਹੁੰਦੇ ਸੀਗੇ ਸਟੂਡੀਓ ਦੇ ਵਿੱਚ ਆਪਣੇ ਇਲੈਕਟ੍ਰੋਨਿਕ ਲਾਈਟਾਂ ਨਹੀਂ ਸੀਗੀਆਂ ਇੱਕ ਵਾਰੀ ਹੋਇਆ ਕਿ ਮੇਰਾ ਬੱਲਬ ਫਟ ਗਿਆ ਬੱਲਬ ਫਟਿਆ ਤਾਂ ਮੈਂ ਉਹਨੂੰ ਚੱਕ ਕੇ ਟੇਬਲ ਦੇ ਉੱਪਰ ਰੱਖਿਆ ਹੋਇਆ ਸੀ ਉੱਥੇ ਉਹ ਬਹਿਲ ਆ ਗਿਆ ਦੋਸਤ ਮੇਰਾ ਕਹਿੰਦਾ ਧਾਮੀ ਉਹ ਹਿੰਦੀ ਬੋਲਦਾ ਸੀ ਉਹ ਲੈ ਕੇ ਆਪਨਾ ਕਾਪਿੰਗ ਬੋਰਡ ਹਮ ਇਸकी ਕੰਪੋਜੀਸ਼ਨ ਬਣਾਤੇ ਹਾਂ ਅਸੀਂ ਪਤਾ ਕੀ ਕਰਿਆ ਕਿ ਉਹਦੇ ਜਿਹੜੇ ਟੁੱਟੇ ਹੋਏ ਮੱਲਬ ਦੇ ਟੁਕੜੇ ਸੀ ਉਹਨੂੰ ਅਰੇਂਜ ਕਰਿਆ ਹਮ ਹਮ ਅੱਛਾ ਉਹ ਆਪਣੇ ਗਲੇਜ ਮਾਲਾ ਵੀ ਉਹ ਪਾ ਕੇ ਰੱਖਦਾ ਸੀਗਾ ਹਮ ਹਮ ਹੁਣ ਵੀ ਰੱਖਦਾ ਤੇ ਉਹ ਉਤਾਰ ਕੇ ਨਾ ਉਹਨੇ ਨਾਲ ਅਰੇਂਜ ਕਰੀ ਤਾਂ ਮੈਂ ਉਹਦੀ ਮਤਲਬ ਕਾਪਿੰਗ ਕਰੀ ਉਹ ਬੜੀ ਅੱਛੀ ਇਮੇਜ ਬਣੀ ਸੀਗੀ ਤਾਂ ਇਸ ਤਰ੍ਹਾਂ ਨਾ ਫਿਰ ਉਹ ਮਤਲਬ ਹੁੰਦਾ ਨੇ ਦੋਸਤ ਵੀ ਤੁਹਾਨੂੰ ਉਹ ਜਿਹੀ ਮਿਲ ਗਏ ਫਿਰ ਹੋ ਚੁੱਕਾ ਜਿਹਾ ਵੀ ਮੇਰਾ ਉਦੋਂ ਨੂੰ ਆਰਟ ਫੋਟੋਗ੍ਰਾਫੀ ਸੌਂਦਾ ਚੱਲਾ ਗਿਆ ਸੈਕੰਡ ਫੇਰ ਸੀਗਾ ਕਿ ਉਸ ਟਾਈਮ ਮੈਨੂੰ ਜਿਹੜੀ ਜੌਬ ਮਿਲਦੀ ਸੀਗੀ ਮਿਊਜ਼ੀਅਮ ਦੇ ਵਿੱਚ ਕੈਟਲੋਗਿੰਗ ਕਰਨ ਦੀ ਫੋਟੋ ਉਹਨੂੰ ਐਗਜ਼ਿਬਿਸ਼ਨਲ ਲੱਗਦੀਆਂ ਹੁੰਦੀਆਂ ਸੀਗੀਆਂ ਮਿਊਜ਼ੀਅਮ ਦੇ ਵਿੱਚ ਗ੍ਰਾਫਿਕਸ ਦੇ ਉੱਪਰ ਡਰਾਇੰਗਜ਼ ਦੇ ਉੱਪਰ ਤੇ ਫੋਟੋਗ੍ਰਾਫੀ ਦੇ ਉੱਪਰ ਇੰਟਰਨੈਸ਼ਨਲ ਐਗਜ਼ਿਬਿਸ਼ਨ ਲੱਗਦੀਆਂ ਸੀਗੀਆਂ ਤੇ ਆਪਣੇ ਚੋਪੜਾ ਸਾਹਿਬ ਜਗਮਉਂ ਚੋਪੜਾ ਜੀ ਸਾਡੇ ਉਹ ਸੀਗੇ ਯਕਨਨ ਡਾਇਰੈਕਟਰ ਸੀਗੇ ਉਹਨਾਂ ਨੇ ਮਤਲਬ ਇਹ ਕੰਮ ਮੈਨੂੰ ਦਿੱਤਾ ਹੋਇਆ ਸੀਗਾ ਜਿਹੜਾ ਪ੍ਰਿੰਟ ਹੋਣਾ ਹੈ ਕੈਟਾਲਾਗ ਉਹਦੀ ਫੋਟੋਗ੍ਰਾਫੀ ਕਰਨੀ ਆ ਹੋਇਆ ਕੀ ਕਿ ਜਦੋਂ ਉਦੋਂ ਸਾਰੀ ਉਹੀ ਟ੍ਰੈਡੀਸ਼ਨਲ ਜੀ ਫੋਟੋਗ੍ਰਾਫੀ ਚੱਲ ਰਹੀ ਸੀਗੀ ਇੱਕੋ ਤਰ੍ਹਾਂ ਦੀ ਰੁਟੀਨ ਜਾਂ ਕੰਮ ਚੱਲ ਰਿਆ ਸੀ ਸਾਰੇ ਇੱਕੋ ਜੀ ਫੋਟੋਗ੍ਰਾਫੀ ਕਰ ਰਹੇ ਸੀਗੇ ਬਜ਼ੁਰਗਾਂ ਦੇ ਚਿਹਰੇ ਆ ਬੱਚੇ ਰੋਂਦੇ ਹੋਏ ਆ ਬਹੁਤ ਅੱਛੇ ਸਾਫ਼ ਸੁਥਰੇ ਜੇ ਲੈਂਡਸਕੇਪ ਐ ਉਸ ਟਾਈਮ ਇੱਕ ਫੋਟੋ ਆਈ ਮੇਰੇ ਕੋਲ ਕਾਪੀਂਗ ਕਰਨ ਨੂੰ ਜਿਹਦੇ ਵਿੱਚ ਇੱਕ ਦਰਵਾਜ਼ਾ ਹੈਗਾ ਦਰਵਾਜ਼ੇ ਦੀ ਪਲਾਈ ਜਿਹੜੀ ਹੈਗੀ ਆ ਉਹ ਫਟੀ ਹੋਈ ਹੈ ਫਟ ਕੇ ਅੱਗੇ ਨ ਚੁਕੀ ਹੋਈ ਆ ਉਹ ਸਿੰਪਲ ਫੋਟੋਗ੍ਰਾਫ ਜਦ ਮੈਂ ਉਹ ਚੈੱਕ ਕਰਿਆ ਫੋਟੋ ਦੇ ਪਿੱਛੇ ਪੜਿਆ ਉਹਦਾ ਨਾਮ ਸੀ ਵਿਜੇਓਜ਼ ਉਹ ਮੈਨੂੰ ਉਸ ਫੋਟੋ ਨੇ ਨਾ ਉੱਥੇ ਬਹੁਤ ਅਟਰੈਕਟ ਕਰਿਆ ਮੈਂ ਕਿਹਾ ਇਹ ਬੰਦਾ ਅਲੱਗ ਗੱਲ ਕਰਨਾ ਚਾਹੁੰਦਾ ਹੈ ਤਾਂ ਫੇਰ ਮੈਂ ਨਾ ਇੱਕ ਬਹਾਨਾ ਢੂੰਡਿਆ ਲੋਕ ਕਹਿੰਦੇ ਸੀ ਇਹ 80s ਦੀ ਗੱਲ ਹੈ 80 80 ਤੋਂ ਮਤਲਬ 80 ਤੋਂ 83 ਤੱਕ ਦੀ ਗੱਲ ਤਾਂ ਇੱਕ ਫਿਰ ਮੈਂ ਬਹਾਨਾ ਢੂੰਡਿਆ ਉਹਨਾਂ ਨਾਲ ਗੱਲ ਕਰਨ ਦਾ ਕਿਉਂਕਿ ਲੋਕ ਕਹਿੰਦੇ ਸੀ ਇਹ ਬੜਾ ਅਨਖੀ ਜਾਏਗਾ ਮਤਲਬ ਸਿੱਧੀ ਤਰ੍ਹਾਂ ਗੱਲ ਜੀ ਨਹੀਂ ਕਰਦਾ ਹੈਗਾ ਦੇਖ ਲੈ ਤੂੰ ਫਿਰ ਮੈਂ ਕੀ ਕਰਿਆ ਕਿ ਮੈਂ ਨਾ ਉਹ ਪ੍ਰਿੰਟ ਕੱਢ ਕੇ ਜਾਣਬੁੱਝ ਕੇ ਮੈਂ ਇਹਨਾਂ ਨੂੰ ਦੁਕਾਨ ਚ ਲਾ ਗਿਆ ਹੂੰ ਹੂੰ ਪੰਡਤ ਜੀ ਨੂੰ ਇਹਨਾਂ ਨੂੰ ਵੀ ਜਿਹੋ ਜਿਹੋ ਅਸੀਂ ਪੰਡਤ ਜੀ ਵੀ ਕਹਿੰਨੇ ਆ ਸਾਰੇ ਹੀ ਜਾਣਦੇ ਆ ਤਾ ਉਹ ਦਿਖਾਇਆ ਕਹਿੰਦੇ ਬਹੁਤ ਵਧੀਆ ਬੜੇ ਕੁਛ ਹੋਇਆ ਕਹਿੰਦੇ ਹਾਂ ਕੋਈ ਟੋਨ ਚ ਕੋਈ ਨੁਕਸ ਨਹੀਂ ਹੈਗਾ ਚਲ ਉਦੋਂ ਤੋਂ ਮੈਨੂੰ ਲੱਗਿਆ ਨਹੀਂ ਯਾਰ ਇਹ ਤਾਂ ਕੋਈ ਐਸੀ ਗੱਲ ਹੀ ਨਹੀਂ ਹੈ ਤਾਂ ਬੜੇ ਪਿਆਰ ਨਾਲ ਬੋਲਣ ਵਾਲੇ ਆ ਤਾਂ ਉਦੋਂ ਤੋਂ ਮੇਰੀ ਇਹਨਾਂ ਨਾਲ ਦੋਸਤੀ ਪੈ ਗਈ ਤਾਂ ਉਸ ਤੋਂ ਬਾਅਦ ਫਿਰ ਜਦ ਮੈਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਵੀ ਜੋ ਉਸ ਤੋਂ ਉਹ ਪੀਰੀਅਡ ਸੀਗਾ 85 ਦਾ ਇਹਨਾਂ ਨੇ ਅਲਾਈਂਸ ਫਰੈਂਸਿਸ ਚ ਐਗਜ਼ਿਬਿਸ਼ਨ ਲਗਾਈ ਸੀਗੀ ਚਾਰ ਸੈਕਟਰ ਚ ਨਾ ਇੱਕ ਕਮਰਾ ਸੀਗਾ ਕੋਠੀ ਚ ਮਿਲਿਆ ਹੋਇਆ ਇਹਨਾਂ ਨੂੰ ਐਲਾਈਅੰਸ ਫਰੈਂਸਿਸ ਵਾਲਿਆਂ ਨੂੰ ਉੱਥੇ ਇਹਨਾਂ ਨੇ ਇੱਕ ਐਗਜ਼ੀਬਿਸ਼ਨ ਲਗਾਈ ਸੀ ਉਹ ਪ੍ਰਿੰਟ ਕੁਆਲਿਟੀ ਦੇਖ ਕੇ ਉਹ ਕੰਪੋਜੀਸ਼ਨ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ ਮੇਰਾ ਹੋਰ ਫਿਰ ਮਨ ਕਰਿਆ ਵੀ ਮੈਂ ਵੀ ਹੁਣ ਫਿਰ ਮਤਲਬ ਆਪਣੀ ਮਿਊਜ਼ੀਅਮ ਦੀ ਜਿਹੜੀ ਸਟੇਰੀਓ ਟਾਈਪ ਫੋਟੋਗ੍ਰਾਫੀ ਹੈਗੀ ਆ ਵੀ ਮੈਂ ਡਾਕੂਮੈਂਟੇਸ਼ਨ ਹੀ ਕਰਦਾ ਰਹਿਣਾ ਮੈਂ ਵੀ ਇਸ ਇਸ ਪਾਸੇ ਜਾਵਾਂ ਪਰ ਮੁੱਢ ਇਸ ਕਰਕੇ ਮੇਰਾ ਧਿਆਨ ਮੇਰਾ ਜਿਹੜਾ ਸੀਗਾ ਆਪਣਾ 딜 ਕਰਿਆ ਕਿ ਮੈਂ ਵੀ ਉਧਰ ਨਹੀਂ ਜਾਵਾਂ ਆਪਣੀ ਫੋਟੋਗ੍ਰਾਫੀ ਕਰਾਂ ਤੇ ਤੁਸੀਂ ਤੁਹਾਡੇ ਜਿਹੜੇ ਕੰਮ ਨੇ ਤੁਹਾਡੇ ਫੋਟੋਗ੍ਰਾਫੀ ਵਰਕਸ ਨੇ ਉਹਨਾਂ ਦੇ ਵਿੱਚ ਕੀ ਕੀ ਤੁਹਾਡੇ ਕੀ ਸਬਜੈਕਟਸ ਹੁੰਦੇ ਨੇ ਮੇਰੇ ਸਬਜੈਕਟ ਜਿਹੜੇ ਹੁੰਦੇ ਆ ਬੜੇ ਸਿੰਪਲ ਆ ਹਮਮਤਲਬ ਕਿ ਇਕਤਾ ਜਿੱਦਾਂ ਮੈਂ ਤੁਹਾਨੂੰ ਜ਼ਿਕਰ ਕਰੀ ਗਿਆ ਸਰੰਦ ਮੇਰੇ ਬ੍ਰਦਰ ਦੀ ਦੁਕਾਨ ਸੀਗੀ ਮੈਂ ਆਮ ਤੌਰ ਤੇ ਬਾਅਦ ਚ ਵੀ ਜਾਂਦਾ ਸੀਗਾ ਮੈਂ ਬੱਸ ਦੇ ਵਿੱਚ ਜਾਂਦਾ ਹੋਇਆ ਦੇਖਦਾ ਹੁੰਦਾ ਸੀਗਾ ਤੇ ਤੂੜੀ ਦੇ ਕੂਪਰ ਨੂੰ ਦੇਖਣਾ ਉਸ ਟਾਈਮ ਇੰਨਾ ਰਸ਼ ਇੰਨੀ ਮਤਲਬ ਸੜਕੇ ਨਹੀਂ ਹੁੰਦੀ ਸੀਗੀ ਕਿ ਜਿੰਨੀ ਹੁਣ ਅੱਜ ਕੱਲ ਰਸ਼ ਹੋ ਰਿਹਾ ਸੜਕਾਂ ਤੇ ਬੜੇ ਆਨੰਦ ਨਾਲ ਮੈਂ खिड़की ਤੋਂ ਦੇਖਦੇ ਜਾਈਦਾ ਨਾ ਕਿ ਇਹ ਨਾ ਕੂਪੇ ਹੈਗੇ ਆ ਲੋਕਾਂ ਨੇ ਆਪਣੀ ਉਹ ਫਸਲ ਨੂੰ ਕੱਟ ਕੇ ਰੱਖਿਆ ਹੋਇਆ ਤੇ ਫਿਰ ਮੇਰਾ ਮਨ ਕਰਿਆ ਕਿ ਮੈਂ ਇਸ ਸਬਜੈਕਟ ਦੇ ਉੱਪਰ ਫੋਟੋਗ੍ਰਾਫੀ ਕਰਾਂਗਾ ਫਿਰ ਮੈਂ ਆਪਣਾ ਸਕੂਟਰ ਲੈ ਕੇ ਕੇ ਖੇਤਾਂ 'ਚ ਇੰਦਰਲੇ ਜਿਹੜੇ ਚੁੰਨੀ ਸਾਈਡ ਹੈਗੇ ਆ ਆਪਣੇ ਸਵਹਾਨਾ ਚੁੰਨੀ ਸਾਈਡ ਸਰੰਦ ਇਹ ਸਾਈਡ ਤੇ ਨਿਕਲ ਜਾਂਦਾ ਸੀਗਾ ਫੇਰ ਮੈਨੂੰ ਜਿਹੜੇ ਇਹ ਕੁੱਪ ਹੈਗੇ ਆ ਜਾਂ ਤੂੜੀ ਉਹ ਜਿਹੜੀ ਸਟੋਰ ਕਰ ਰਹੇ ਆ ਜਾਂ ਫੌਸਲ ਕੱਟ ਕੇ ਰੱਖੀ ਹੋਈ ਆ ਉਹਨਾਂ ਨੇ ਆਪਣੀ ਉਹਦੇ ਵਿੱਚ ਨਾ ਮੈਨੂੰ ਡਰਾਇੰਗਾ ਨਜ਼ਰ ਆਉਂਦੀਆਂ ਸੀਗੀਆਂ ਤਾਂ ਇਹਨਾਂ ਜਿਹੜੇ ਕੁੱਪ ਦੇ ਉੱਪਰਲੇ ਜਾ ਕੇ ਉਹ ਗੁੰਬਦ ਜਿਹੇ ਬਣਨੇ ਉਹ ਬੜੇ ਅਟਰੈਕਟ ਕਰਦੇ ਸੀਗੇ ਮੈਨੂੰ ਫਿਰ ਉਹ ਚੀਜ਼ਾਂ ਨੂੰ ਮੈਂ ਆਪਣੀ ਕੰਪੋਜੀਸ਼ਨ ਦੇ ਵਿੱਚ ਯੂਜ਼ ਕੀਤਾ ਉਹਨਾਂ ਦੇ ਉੱਪਰ ਮੈਂ ਫੋਟੋਗ੍ਰਾਫੀ ਕੀਤੀ ਤੇ ਉਹਦੇ ਜਿਹੜੇ ਫਿਰ ਇੱਕ ਇੱਕ ਹੋਰ ਫਿਰ ਮੇਰੇ ਦਿਮਾਗ 'ਚ ਆਇਆ ਕਿ ਬੈਕਗ੍ਰਾਉਂਡ ਬਹੁਤ ਡਿਸਟਰਬ ਕਰਿਆ ਕਰਦੀ ਸੀਗੀ ਫਿਰ ਮੈਂ ਧੁੰਦ 'ਚ ਜਾਣਾ ਸ਼ੁਰੂ ਕਰਿਆ ਹੁਣ ਧੁੰਦ 'ਚ ਜਾਣ ਦਾ ਮੈਨੂੰ ਫਾਇਦਾ ਇਹ ਹੋ ਰਿਹਾ ਸੀਗਾ ਕਿ ਬੈਕਗ੍ਰਾਉਂਡ ਡਿਸਟਰਬ ਨਹੀਂ ਕਰ ਰਹੀ ਸੀ ਮੇਰਾ ਜਿਹੜਾ ਸਬਜੈਕਟ ਸੀਗਾ ਉਹ ਲਿミਟਿਡ ਹੋ ਰਿਹਾ ਸੀਗਾ ਆਦਰਵਾਇਜ਼ ਕੀ ਹੁੰਦਾ ਹੈ ਕਿ ਸਬਜੈਕਟ ਤਾਂ ਬਹੁਤ ਵਧੀਆ ਪਿੱਛੇ ਬੈਕਗਰਾਉਂਡ ਤੁਹਾਨੂੰ ਬਹੁਤ ਤੰਗ ਕਰ ਰਹੀ ਹੈ ਤਾਂ ਉਹ ਮੈਂ ਧੁੰਦ ਵਿੱਚ ਬਹੁਤ ਫੋਟੋਗ੍ਰਾਫੀ ਕਰੀ ਇਸ ਚੀਜ਼ ਤੇ ਦੇਖੋ ਇਹ ਤਾਂ ਟੈਕਨੀਕਲ ਅਸਪੈਕਟ ਹੋ ਗਿਆ ਉਹ ਦਾ ਜਿਵੇਂ ਤੁਸੀਂ ਕਿਹਾ ਵੀ ਤੁਹਾਨੂੰ ਕੁੱਪ ਦਾ ਜਿਹੜਾ ਟਾਪ ਹੈ ਉਹ ਬਹੁਤ ਅਟਰੈਕਟ ਕਰਦਾ ਸੀਗਾ ਹਰ ਇੱਕ ਚੀਜ਼ ਦੀ ਜਦੋਂ ਕਿਸੇ ਵੀ ਚੀਜ਼ ਦੀ ਫੋਟੋ ਖਿੱਚਦੇ ਆ ਮਤਲਬ ਖੇਤਾ ਦੀ ਫੋਟੋ ਖਿੱਚੀ ਹਰ ਇੱਕ ਚੀਜ਼ ਦੇ ਪਿੱਛੇ ਆਪਣਾ ਇੱਕ ਸਿੰਬੋਲਿਜ਼ਮ ਜੁੜਿਆ ਹੋਇਆ ਆ ਆਪਾਂ ਜਦੋਂ ਵੀ ਕਿਸੇ ਵੀ ਇਮੇਜ ਨੂੰ ਚਾਹੇ ਆਪਾਂ ਉਹਨੂੰ ਪੇਂਟ ਕਰੀਏ ਜਾਂ ਉਹਦੀ ਤਸਵੀਰ ਖਿੱਚੀਏ ਦੇਖਣ ਵਾਲਾ ਉਹਨੂੰ 100 ਚੀਜ਼ਾਂ ਦੇ ਨਾਲ ਰਿਲੇਟ ਕਰੇਗਾ ਤੇ ਉਸ ਤਰੀਕ ਮਤਲਬ ਉਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਫੋਟੋਗ੍ਰਾਫਸ ਨੇ ਜਿਓ ਤੁਹਾਡੇ ਸਬਜੈਕਟਸ ਨੇ ਕਿ ਤੁਸੀਂ ਉਹ ਸਬਜੈਕਟਸ ਦੇ ਜੋ ਸਿੰਬੋਲਿਜ਼ਮ ਹੈ ਤੁਸੀਂ ਉਹਨੂੰ ਵੀ ਐਕਸਪਲੋਰ ਕਰਦੇ ਹੋ ਜਿਵੇਂ ਹੁਣ ਖੇਤਾਂ ਦੇ ਆਪਣੇ ਮਾਇਨੇ ਨੇ ਕੁੱਪਾਂ ਦੇ ਆਪਣੇ ਮਾਇਨੇ ਨੇ ਇਹਨਾਂ ਦੇ ਇਹਨਾਂ ਦੇ ਇਹਨਾਂ ਦੀ ਆਪਣੀਆਂ ਮਲਟੀਪਲ ਇੰਟਰਪ੍ਰੀਟੇਸ਼ਨ ਕਿਹਨੇ ਇਹਨੂੰ ਬਣਾਇਆ ਖੇਤਾਂ ਤੇ ਖੇਤਾਂ ਨੂੰ ਕਿਹਨੇ ਵਾਇਆ ਕੌਣ ਉਹਨਾਂ ਦੇ ਉੱਤੇ ਕੀ ਖੇਤੀ ਹੋ ਰਹੀ ਹੈ ਇਹ ਇਹ ਟੌਪਿਕ ਨੂੰ ਵੀ ਕਦੇ ਤੁਹਾਡੇ ਦਿਮਾਗ ਦੇ ਵਿੱਚ ਆਇਆ ਵੀ ਤੁਸੀਂ ਇਹ ਇਸ਼ੂਜ਼ ਨੂੰ ਵੀ ਕੁਝ ਐਡਰੈਸ ਕਰ ਰਹੇ ਹੋ ਕਿ ਪਿਓਰ ਐਸਥੈਟਿਕਸ ਹੈ ਪਿਓਰ ਐਸਥੈਟਿਕ ਤੇ ਗਿਆ ਮੈਂ ਹੂੰ ਹੂੰ ਹੋ ਨਹੀਂ ਮੈਂ ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਸ ਦੇ ਉੱਪਰ ਨਹੀਂ ਗਿਆ ਮੈਨੂੰ ਇਹ ਚੀਜ਼ਾਂ ਅਟਰੈਕਟ ਕਰ ਰਹੀਆਂ ਸੀਗੀਆਂ ਜਿੱਦਾਂ ਗੁੱਪ ਹੈਗਾ ਉਹਦੇ ਵਿੱਚੋਂ ਉਹ ਆਪਣੀ ਤੂੜੀ ਕੱਢ ਲੰਨੇ ਆ ਕੁਝ ਤੂੜੀ ਵਿੱਚ ਰਹਿ ਜਾਂਦੀ ਹੈ ਉਹਦੇ ਵਿੱਚ ਟੈਕਸਚਰ ਕ੍ਰੀਏਟ ਹੋ ਰਿਹਾ ਅੱਗੇ ਪਿੱਛੇ ਉਹ ਤੂੜੀ ਗਈ ਹੋਈ ਹੈ ਉਹਨਾਂ ਨੇ ਲਿਆ ਕੇ ਆਪਣੀ ਜੋ ਵੀ ਫਸਲ ਕੱਟ ਕੇ ਢੇਰ ਲਗਾਤੇ ਢੇਰਾਂ ਦੇ ਵਿੱਚ ਮੈਨੂੰ ਕੰਪੋਜੀਸ਼ਨ ਦੀ ਕਰੀਏ ਮਤਲਬ ਮੈਂ ਕੋਈ ਇਹੋ ਜਿਹਾ ਨਹੀਂ ਸੋਚ ਕੇ ਗਿਆ ਵੀ ਜਿੱਦਾਂ ਤੁਸੀਂ ਸਿੰਬੋਲਿਜਮ ਦੀ ਬਾਤ ਗੱਲ ਕਰ ਰਹੇ ਹੋ ਨਹੀਂ ਉਹਦੇ ਵਿੱਚ ਐਜਾ ਕੁਝ ਨਹੀਂ ਸੀਗਾ ਜਸਟ ਮੈਨੂੰ ਉਹ ਖੂਬਸੂਰਤੀ ਐਨੇ ਲੱਗਦੇ ਸੀਗੇ ਪਏ ਸਾਡੇ ਜਿਹੜਾ ਹੋਰ ਕੰਮ ਹੈ ਜਿਹਦੇ ਵਿੱਚ ਤੁਸੀਂ 스ਨੋ ਨੂੰ ਤਸਵੀਰਾਂ ਦੇ ਵਿੱਚ ਉਤਾਰਿਆ ਉਹ ਤੁਸੀਂ ਕਿੱਥੇ ਜਾ ਕੇ ਕਲਿੱਕ ਕੀਤੀਆਂ ਫੋਟੋਗ੍ਰਾਫਸ ਉਹਨਾਂ ਦੇ ਬਾਰੇ ਦੱਸੋ 스ਨੋ ਮੇਰਾ ਜਿਹੜਾ ਏਰੀਆ ਹੈਗਾ ਇਹ ਹੈਗਾ ਸ਼ਿਮਲਾ ਤੋਂ ਲੈ ਕੇ ਨਾਰਕੰਡੇ ਤੱਕ ਦਾ ਇੱਥੇ ਮੈਂ ਮਤਲਬ 10-15 ਸਾਲ ਜਾਂਦਾ ਰਿਆਂ ਜਿਹੜੇ ਮੇਰੇ ਨਾਲ ਕਈ ਵਾਰੀ ਫੋਟੋਗ੍ਰਾਫੀ ਤੇ ਚਲੇ ਜਾਂਦੇ ਸੀ ਮੇਰੀ ਹੈਲਪ ਕਰਨ ਨੂੰ ਤਾਂ ਮੈਂ ਪਹਿਲਾਂ ਇਕੱਲਾ ਵੀ ਗਿਆ ਪਰ ਇਕੱਲਾ ਕਈ ਵਾਰੀ ਡਰ ਵੀ ਲੱਗਦਾ ਸੀ ਸ਼ਾਮ ਨੂੰ ਇੰਨੀ ਠੰਡ ਹੋ ਜਾਂਦੀ ਸੀਗੀ ਕੁਪਰਾਟ ਜੀ ਮਹਿਸੂਸ ਹੁੰਦੀ ਸੀਗੀ ਤੇ ਬਰਫ਼ ਦੇ ਵਿੱਚ ਮੈਂ ਬੜਾ ਮਜ਼ਾ ਲਿਆ ਬਰਫ਼ ਦੇ ਵਿੱਚ ਐਦਾਂ ਲੱਗਦਾ ਸੀਗਾ ਕਿ ਮਤਲਬ ਇੰਨਾ ਏਰੀਆ ਨਾ ਸਿਰਫ ਤੁਹਾਡੇ ਵਾਸਤੇ ਹੀ ਹੈ ਕੋਣ ਨੂੰ ਕੋ ਡਿਸਟਰਬ ਨਹੀਂ ਕਰ ਰਿਹਾ ਕੋਈ ਆਵਾਜ਼ ਨਹੀਂ ਆ ਰਹੀ ਪਹਾੜਾਂ ਚਾਹਦੇ ਹੁੰਦਾ ਕੋਈ ਆਵਾਜ਼ ਨਹੀਂ ਆ ਰਹੀ ਹੁੰਦੀ ਜੀ ਆ ਵੀ ਰਹੀ ਹੈ ਬੜੀ ਹਲਕੀ ਜਿਹੀਆਂ ਲੱਗਦੀ ਹੈ ਪਤਾ ਨਹੀਂ ਕਿੱਥੋਂ ਆ ਰਹੀ ਹੈ ਪਰ ਬੜੀ ਕਲੀਅਰ ਸੁਣਦੀ ਹੁੰਦੀ ਹੈ ਉੱਥੇ ਜਦ ਬਰਫ਼ ਦੀ ਮੈਂ ਫੋਟੋਗ੍ਰਾਫੀ ਕਰਦਾ ਸੀਗਾ ਤਾਂ ਮੈਨੂੰ ਉੱਥੇ ਕੁਝ ਮਹਿਸੂਸ ਹੁੰਦਾ ਸੀਗਾ ਵੀ ਇਹਨਾਂ ਕੁਝ ਜਿਹੜੀਆਂ ਫਾਰਮਸ ਐ ਉਹ ਕੋਈ ਮਤਲਬ ਸ਼ਾਂਤ ਜਿਹਾ ਮਾਹੌਲ ਕ੍ਰੀਏਟ ਕਰ ਰਹੀਆਂ ਕੋਈ ਸਮਾਧੀ ਲਗਾਈ ਬੈਠਾ ਹੈ ਕੋਈ ਉਹ ਕੋਈ ਸਮਾਦੀ ਲਗਾ ਕੇ ਬੈਠਾ ਹੈ ਕੋਈ ਰਿਲੈਕਸ ਕਰ ਰਿਹਾ ਕੋਈ ਫਾਰਮ ਐਸੀਆਂ ਆ ਗਈਆਂ ਰਿਲੈਕਸ ਕਰ ਰਹੀਆਂ ਉਹਦੇ ਚ ਹਿਊਮਨ ਫਾਰਮਸ ਵੀ ਨਿਕਲੀਆਂ ਤੇ ਜਿਹੜਾ ਮਜ਼ਾ ਆ ਰਿਹਾ ਸੀਗਾ ਬਰਫ ਦੀ ਵਾਈਟਨੈਸ ਦਾ ਮਤਲਬ ਮੈਂ ਜਿੰਨੀ ਵਾਈਟਨੈਸ ਬਰਫ ਚ ਦੇਖੀ ਹੈ ਐਨੀ ਮੈਂ ਕਿਤੇ ਹੋਰ ਨਹੀਂ ਦੇਖੀ ਨਾ ਕਿਸੇ ਪੇਪਰ ਚ ਨਾ ਕਿਸੇ ਬਾਇਸ ਨੂੰ ਮਤਲਬ ਤੁਸੀਂ ਸਨੋ ਨੂੰ ਹੀ ਕਿਉਂ ਕਚਰੇ ਸੀ ਉਸ ਵਿੱਚ ਲਿਆ ਕਿ ਦੇਖੋ ਉਹ ਇਹ ਸੀਗਾ ਕਿ ਸਨੋ ਨੂੰ ਮੈਂ ਕਿਉਂ ਕਚਰੇ ਸੀ ਹਾਂ ਇਹ ਵੀ ਗੱਲ ਸਹੀ ਹੈ ਕਿ ਇੱਕ ਵਾਰੀ 80s ਦੇ ਵਿੱਚ ਇੱਕ ਐਗਜ਼ੀਬਿਸ਼ਨ ਲੱਗੀ ਸੀ ਸ਼ਾਇਦ ਲਾਲਿਤ ਕਲਾ ਅਕੈਡਮੀ ਨੇ ਲਗਾਈ ਸੀ ਪੁਰਾਣੀ ਉਹਦੇ ਵਿੱਚ 4-5 ਕੰਮ ਲੱਗੇ ਹੋਏ ਸੀਗੇ ਗੋਰਖਾ ਫੋਟੋਗ੍ਰਾਫਰ ਹੁੰਦੇ ਸੀਗੇ ਆਪਣੇ ਸੈਕਟੇਟ ਪੰਜਾਬ ਤੋਂ ਉਹਨਾਂ ਦੀ ਹਿਊਜ ਐਲਾਰਜਮੈਂਟ ਲੱਗੀਆਂ ਹੋਈਆਂ ਸੀ ਉਹਨਾਂ ਦੀ ਜੋ ਵਾਈਟਨੈਸ ਦੀ ਟੋਨ ਦੇਖ ਕੇ ਮੈਨੂੰ ਉਸ ਟਾਈਮ ਮੈਂ ਪ੍ਰਭਾਵਿਤ ਹੋਇਆ ਨਾ ਉਸ ਟਾਈਮ ਮੇਰੇ ਦਿਮਾਗ 'ਚ ਆ ਗਿਆ ਵੀ ਮੈਂ ਵੀ ਵਰਕ 'ਚ ਕੰਮ ਕਰਾਂਗਾ ਫਿਰ ਜਦ ਮੈਨੂੰ ਮੌਕਾ ਮਿਲਿਆ ਤਾਂ ਫਿਰ ਮੈਂ ਵੀ ਫਿਰ ਬਰਤ ਦੇ ਉੱਪਰ ਕੰਮ ਕਰਨ ਚੱਲਾ ਗਿਆ ਪਰ ਉਹ ਉਹਨਾਂ ਦੀ ਕੰਪੋਜੀਸ਼ਨ ਬੜੀਆਂ ਸਿੰਪਲ ਸੀਗੀਆਂ ਕਿ ਉਹ ਸਿਰਫ ਉਹ ਹੀ ਲੈਂਡਸਕੇਪ ਵੀ ਦਿਖਾ ਰਹੇ ਸੀ ਤੇ ਜਿਵੇਂ ਤੁਸੀਂ ਪਹਿਲਾਂ ਕੰਮ ਕੀਤਾ ਤੂੜੀ ਦੇ ਉੱਤੇ ਖੇਤਾਂ ਦੇ ਵਿੱਚ ਕੁਕ ਕੁਪਾ ਦੇ ਉੱਤੇ ਫਿਰ ਤੁਸੀਂ ਇੱਕਦਮ ਸਨੋ ਖਿੱਚਣ ਲੱਗੇ ਇਹ ਕੀ ਤੁਹਾਡੀ ਸੀਰੀਜ਼ ਮੈਂ ਇਸ ਸ਼ਹਿਰ ਦਾ ਫਾਇਦਾ ਲਿੱਤਾ ਨਾ ਚੰਡੀਗੜ੍ਹ ਦਾ ਹਾਂਜੀ ਇੱਕ ਪਾਸੇ ਤਾਂ ਖੇਤ ਹੈ ਆਪਣੇ ਪੰਜਾਬ ਹੈ ਦੂਸਰੇ ਪਾਸੇ ਹਿਮਾਚਲ ਲੱਗਦਾ ਹਮ ਹਮ ਤਾਂ ਹੁਣ ਜਾਣਾ ਕਿੱਥੇ ਹੈ ਹਮ ਹਮ ਜਾਂ ਫਿਰ ਬੰਦਾ ਹਿਮਾਚਲ 'ਚ ਨਿਕਲੇਗਾ ਜਾਂ ਫਿਰ ਇੱਧਰ ਨਿਕਲੇਗਾ ਇਹ ਜਾਂਦੇ ਜਾਂਦੇ ਫਿਰ ਤੁਹਾਡੀ ਜਿਹੜੀ ਉਸ ਤੋਂ ਅਗਲਾ ਤੁਸੀਂ ਕੰਮ ਕੀਤਾ ਰੋਡ ਪੈਚੇਸ ਦੇ ਉੱਤੇ ਉਹ ਕੀ ਇਸ ਤਰੀਕੇ ਨਾਲ ਨਿਕਲਿਆ ਵੀ ਤੁਸੀਂ ਇੱਥੇ ਜਾ ਰਹੇ ਹੋ ਉਹਨੂੰ ਰਸਤੇ ਸਾਨੂੰ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਹੜਾ ਰੋਡ ਪੈਚੇਸ ਦਾ ਕੰਮ ਹੈ ਨਾ ਉਹ ਮੇਰਾ ਉਦੋਂ ਹੋਇਆ ਆਪਣਾ ਖਜਿਹਾਰ ਹਾਂਜੀ ਹੁਣ ਉੱਥੇ ਕੀ ਹੋ ਰਿਹਾ ਸੀਗਾ ਕਿ ਸਾਰੇ ਆਰਟਿਸਟ ਆਪਣੇ ਆਪਣੀ ਪੇਂਟਿੰਗ ਕਰ ਰਹੇ ਹਨ ਹਮਮ ਇੱਕ ਦਿਨ ਤਾਂ ਮੈਂ ਉਹਨਾਂ ਦੀਆਂ ਫੋਟੋਆਂ ਖਿੱਚਦਾ ਰਿਹਾ ਕੰਮ ਕਰਦਿਆਂ ਦੀਆਂ ਪਰ ਮੈਂ ਸੋਚਿਆ ਵੀ ਅੱਛਾ ਤਾਂ ਮੇਰਾ ਤਾਂ ਕੁਝ ਨਹੀਂ ਨਿਕਲ ਰਿਹਾ ਦੂਸਰੇ ਦਿਨ ਮੈਂ ਸਵੇਰੇ ਹੀ ਆਪਣਾ ਕੈਮਰਾ ਚੱਕਿਆ ਸੈਰ ਕਰਨ ਨਿਕਲ ਗਿਆ ਮੈਂ ਕਿਹਾ ਕੁਝ ਵੀ ਮਿਲੇਗਾ ਮੈਂ ਜਦ ਜਾ ਰਿਹਾ ਸੀਗਾ ਨਾ ਸੜਕ ਦੇ ਕਿਨਾਰੇ-ਕਿਨਾਰੇ ਚੰਬਾ ਸਾਈਡ ਨੂੰ ਪੈਦਲ ਚੱਲ ਪਿਆ ਮੈਂ ਹੂੰ ਹੂੰ ਉੱਥੇ ਇੰਨਾ ਮਤਲਬ ਹਾਲੇ ਫਰੈਸ਼ ਸਫੈਦੀ ਦੇ ਉਹ ਮਾਰੇ ਸੀਗੇ ਉਹਨਾਂ ਨੇ ਪੈਚਸ ਪਹਾੜਾਂ ਦੇ ਉੱਪਰ ਜਿਹੜੇ ਕਿ ਰਾਤ ਨੂੰ ਰਾਹ ਦਿਖਾਉਣ ਦੇ ਕੰਮ ਆਉਂਦੇ ਆ ਕਿਉਂਕਿ ਉੱਥੇ ਤਾਂ ਲਾਈਟਿੰਗ ਹੁੰਦੀ ਨਹੀਂ ਹਾਂਜੀ ਜਦ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਕਿਹਾ ਯਾਰ ਇਹ ਤਾਂ ਬਹੁਤ ਵਧੀਆ ਪੈਚਸ ਨੇ ਫਿਰ ਮੈਂ ਹੋਰ ਉਹਨਾਂ ਦੇ ক্লোਜ਼ ਗਿਆ ਧਿਆਨ ਨਾਲ ਦੇਖਣਾ ਸ਼ੁਰੂ ਕਰਿਆ ਉਹਨਾਂ ਦੇ ਵਿੱਚ ਫਾਰਮਸ ਦਿਖਣੀਆਂ ਸ਼ੁਰੂ ਹੋਈਆਂ ਮੈਨੂੰ ਫਿਰ ਮੈਂ ਫਾਰਮਸ ਨੂੰ ਬੈਲੈਂਸ ਕਿਦਾਂ ਕਰਾਂ ਫਿਰ ਜਿਹੜੀ ਨਾਲ ਉਹ ਪਲਾਂਟੇਸ਼ਨ ਸੀਗੀ ਵਿੱਚ ਵਿੱਚ ਮੈਂ ਉਹ ਵੀ ਲੈਂਦਾ ਰਿਹਾ ਕਿਤੇ ਕਿਤੇ ਪਲਾਂਟੇਸ਼ਨ ਮਿਲੀ ਕਿਤੇ ਕਿਤੇ ਮੈਂ ਸਪੇਸ ਛੋੜੀ ਤਾਂ ਕਿ ਜਿਹੜਾ ਪੈਚ ਹੈ ਇੰਨਾ ਮਤਲਬ ਸ਼ਾਰਪ ਪੈਚ ਹੈ ਇੰਨਾ ਵਾਈਟ ਉਨੂੰ ਮੈਂ ਬੈਲੈਂਸ ਕਰਾਂ ਉਹ ਫੋਟੋਗ੍ਰਾਫੀ ਕਰਕੇ ਮੈਨੂੰ ਬੜਾ ਮਜ਼ਾ ਆਇਆ ਫਿਰ ਅਸੀਂ ਚੰਬਾ ਦੇਖਣ ਗਏ ਚੰਬਾ ਤੋਂ ਵਾਪਸ ਆ ਰਹੇ ਸੀਗੇ ਅਸੀਂ ਨਾ 3-4 ਕਿਲੋਮੀਟਰ ਪਹਿਲਾਂ ਹੀ ਮੈਂ ਉਤਰ ਗਿਆ ਖਜਿਆਰਾਂ ਤੋਂ ਅਸੀਂ ਪੈਦਲ ਆਵਾਂਗੇ ਇੱਕ ਦੋ ਆਰਟਿਸਟ ਮੇਰੇ ਨਾਲ ਹੋਰ ਸੀਗੇ ਫਿਰ ਵਾਪਸੀ 'ਚ ਵੀ ਉਹ ਹੀ ਫਾਰਮਸ ਖਿੱਚਦੇ ਹੋਏ ਅਸੀਂ ਆਏ ਮਤਲਬ ਉੱਥੇ ਮੇਰਾ ਕਾਫੀ ਕੰਮ ਨਿਕਲ ਆਇਆ ਸੀਗਾ ਜਿੱਤੇ ਲੇਟਰ ਆਨ ਉਸ ਕੰਮ ਨੂੰ ਤੁਸੀਂ ਐਗਜ਼ਿਬਿਟ ਕੀਤਾ ਨਹੀਂ ਹਲੇ ਨਹੀਂ ਐਗਜ਼ਿਬਿਟ ਕੀਤਾ ਉਹ ਸਲਾਈਡ ਪ੍ਰੈਜੈਂਟੇਸ਼ਨ ਚ ਦਿਖਾਇਆ ਸੀਗਾ। ਇਸ ਟਾਈਮ ਤੁਸੀਂ ਆਰਕੀਟੈਕਚਰ ਨੂੰ ਵੀ ਕਵਰ ਕੀਤਾ ਹੈ। ਉਹਦੀਆਂ ਵੀ ਤਸਵੀਰਾਂ ਖਿੱਚਦੇ ਹਾਂ ਫੋਰ ਇਗਜ਼ਾਮਪਲ ਚੰਡੀਗੜ੍ਹ ਦਾ ਹਾਈ ਕੋਰਟ। ਹਾਂ। ਹਾਈ ਕੋਰਟ ਦਾ ਇਦਾਂ ਹੋਇਆ ਸੀਗਾ ਕਿ ਸ਼ਾਇਦ ਉਹ 50 ਸਾਲ ਸੀਗਾ ਹਾਈ ਕੋਰਟ ਦਾ। ਹੂੰ। ਉਦੋਂ ਸਾਰਿਆਂ ਨੂੰ ਪਰਮਿਸ਼ਨ ਮਿਲ ਗਈ ਸੀਗੀ ਕੋਰਟ ਹਾਈ ਕੋਰਟ ਵੱਲੋਂ ਹੀ ਕਿ ਕੋਈ ਵੀ ਫੋਟੋਗ੍ਰਾਫਰ ਆਪਨਾ ਜਾ ਕੇ ਉੱਥੇ ਫੋਟੋਗ੍ਰਾਫੀ ਕਰ ਸਕਦਾ ਹੈ। ਹਾਂਜੀ। ਉਹਨਾਂ ਨੇ ਐਗਜ਼ੀਬਿਸ਼ਨ ਮਤਲਬ ਬਾਅਦ ਚ ਲਗਾਨੀ ਸੀ। ਉਹ ਬੜਾ ਅੱਛਾ ਮੌਕਾ ਮਿਲਿਆ। ਉਹਦਾ ਫਾਇਦਾ ਲਿਆ। ਤਾ ਮੈਂ ਕੀ ਕਰਿਆ ਮੈਂ ਬਿਲਕੁਲ ਟਾਪ ਤੇ ਚਲਾ ਗਿਆ ਛੱਤ ਤੇ ਉੱਥੇ ਗੁਲਾਈਆਂ ਮੈਂ ਦੇਖੀਆਂ ਕਿ ਬਿਲਡਿੰਗ ਦੇ ਵਿੱਚ ਗੁਲਾਈ ਹੈ ਉੱਪਰ ਜਾ ਕੇ ਦੇਖਿਆ ਮੈਂ ਉਹ ਗੁਲਾਈ ਲਈਤੀ ਨਾਲ ਉਹ ਸਕੁਅਰ ਇਹਨਾਂ ਨੇ ਬਹੁਤ ਯੂਜ਼ ਕਰੇ ਹਨ ਜੀਓਮੈਟ੍ਰੀਕਲ ਸ਼ੇਪਸ ਇਨ ਅਬੰਡੈਂਸ ਹਾਂ ਉਹ ਉਹ ਵੀ ਮੈਂ ਆਪਣੀ ਕੰਪੋਜੀਸ਼ਨ ਚ ਲਈਆਂ ਤਾਂ ਕੁਝ ਮੈਂ نیچے ਵੀ ਲਈਆਂ ਇਹਨਾਂ ਨੇ ਜੀਓਮੈਟ੍ਰੀਕਲ ਸ਼ੇਪਸ ਬਣਾਈਆਂ ਹੋਈਆਂ ਤਾਂ ਉਹ ਵੀ ਮੈਂ ਕੰਪੋਜ਼ ਕਰੀਆਂ ਮਤਲਬ ਉਹ ਵੀ ਇੱਕ ਬੜਾ ਅੱਛਾ ਮੌਕਾ ਮਿਲਿਆ ਸੀਗਾ ਬੜੇ ਧਿਆਨ ਨਾਲ ਹਾਈ ਕੋਰਟ ਨੂੰ ਦੇਖਣ ਨੂੰ ਤੁਹਾਨੂੰ ਐਸਟ ਨਹੀਂ ਲੱਗਦਾ ਜਿਹੜੇ ਜਿਵੇਂ ਤੁਹਾਡੇ ਜੋ ਸਬਜੈਕਟਸ ਨੇ ਲਾਈਕ ਫॉर ਮੀ ਜਦੋਂ ਮੈਂ ਐਜ਼ ਅ ਵਿਊਅਰ ਵਰਕ ਨੂੰ ਦੇਖਾਂ ਵੀ ਇੱਕ ਪਾਸੇ ਤੁਸੀਂ ਨੇਚਰ ਦੀ ਫੋਟੋਗ੍ਰਾਫੀ ਖਿੱਚ ਰਹੇ ਹੋ ਉਸ ਤੋਂ ਬਾਅਦ ਤੁਸੀਂ ਹਾਈ ਕੋਰਟ ਦੇ ਫੋਟੋਗ੍ਰਾਫੀ ਖਿੱਚ ਰਹੇ ਹੋ ਐਜ਼ ਇਨ ਆਰਕੀਟੈਕਚਰ ਨੂੰ ਲੈ ਰਹੇ ਹੋ ਫਿਰ ਉਸ ਵਿੱਚ ਤੁਸੀਂ ਲਾਈਫ ਦੀ ਵੀ ਗੱਲ ਕਰ ਰਹੇ ਹੋ ਤਾਂ ਇੰਨੇ ਮਤਲਬ ਲਾਈਕ ਕਿਵੇਂ ਮੂਵ ਕਰਦੇ ਹੋ ਤੁਸੀਂ ਇੰਨੇ ਇਦਾਂ ਦੇ ਸਬਜੈਕਟਸ ਨਹੀਂ ਬੜੀ ਸਿੰਪਲ ਜੀ ਗੱਲ ਹੈ ਜਿਆਦਾ ਫੋਟੋਗ੍ਰਾਫਰ ਕਰੋ ਨਿਕਲਦਾ ਹੈ ਪੇਂਟਰ ਤਾਂ ਸੋਚ ਕੇ ਪੇਂਟਿੰਗ ਬਣਾਉਂਦਾ ਹੈ ਫੋਟੋਗ੍ਰਾਫਰ ਨੂੰ ਨਹੀਂ ਪਤਾ ਬਾਹਰ ਜਾ ਕੇ ਕੀ ਸਬਜੈਕਟ ਮਿਲੇ ਮੈਂ ਕੋਈ ਕਮਰਸ਼ੀਅਲ ਕੰਮ ਨਹੀਂ ਉਦੋਂ ਕਰਨ ਜਾ ਰਿਹਾ ਪ੍ਰੋਫੈਸ਼ਨਲ ਕਿ ਮੈਂ ਆਹੀ ਕੰਮ ਕਰਨ ਜਾ ਰਿਹਾ ਉੱਥੇ ਦਿਮਾਗ ਆਪਣਾ ਪੂਰਾ ਖੋਲ ਕੇ ਰੱਖਣਾ ਪੈਂਦਾ ਕੁਝ ਵੀ ਮਿਲ ਜਵੇ ਅੱਖ ਨੂੰ ਟ੍ਰੇਨ ਕਰਨਾ ਵੀ ਤੁਸੀਂ ਸਬਜੈਕਟ ਨੂੰ ਕਿੱਦਾਂ ਦੇਖ ਰਹੇ ਹੋ ਰਟੇ ਰਟਾਏ ਤਾਂ ਨਹੀਂ ਚੀਜ਼ਾਂ ਦੇਖ ਰਹੇ ਕੁਝ हट ਕੇ ਦੇਖ ਰਹੇ ਹੋ ਕਿ ਨਹੀਂ ਇਸ ਕਰਕੇ ਕਦੀ ਦਿਮਾਗ ਨੂੰ ਮੈਂ ਬੰਦ ਹੀ ਨਹੀਂ ਕਰਿਆ ਆਪਣੇ ਨੂੰ ਵੀ ਬਾਹਰ ਜਾ ਕੇ ਦੇਖਾਂਗੇ ਸਟਾਰਟਿੰਗ ਚ ਕੀ ਹੁੰਦਾ ਕੁਝ ਐਂ ਲੱਗਦਾ ਕਈ ਵਾਰ ਯਾਰ ਅਜ ਤੱਕ ਕੁਝ ਨਹੀਂ ਮਿਲੇਗਾ ਪਰ ਤੁਸੀਂ ਜਦ ਕਲਿੱਕਿੰਗ ਸ਼ੁਰੂ ਕਰਦੇ ਹੋ ਫਿਰ ਆਪੇ ਹੀ ਰਾਹ ਮਿਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਤੁਹਾਨੂੰ ਚੀਜ਼ਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਸਰਾਊਂਡਿੰਗ ਚ ਫਿਰ ਕਈ ਵਾਰੀ ਤਾਂ ਪੋਰਟਫੋਲੀਓ ਹੀ ਨਿਕਲੇ ਆਉਂਦੇ ਹੈ ਹਾਂਜੀ ਹਾਂ ਇਹ ਹੋ ਜਾਂਦਾ ਜੀ ਮੇਰੀ ਜਿਹੜੀ ਤੁਹਾਡੀ ਸੀਰੀਜ਼ ਹੈ ਜਿਹਦੇ ਵਿੱਚ ਤੁਸੀਂ ਯੂਨੀਵਰਸਿਟੀ ਵਾਲਸ ਨੂੰ ਕਵਰ ਕੀਤਾ ਇੱਕ ਤੁਹਾਡੀ ਸੀਰੀਜ਼ ਹੈ ਜਿਸ ਤੁਸੀਂ ਡਰਮਸ ਦੀ ਫੋਟੋਗ੍ਰਾਫਸ ਕਲਿੱਕ ਕੀਤੇ ਨੇ ਕਾਫੀ ਸਿਮਿਲਰ ਨੇ ਵਰਕਸ ਉਹਨਾਂ ਦੇ ਵਿੱਚ ਤੁਸੀਂ ਟੈਕਚਰਸ ਨੂੰ ਲੱਭ ਰਹੇ ਹੋ ਫਰੇਮਸ ਜਿਹੜੇ ਹੈਗੇ ਆ ਤੁਹਾਡੇ ਉਹ ਬਹੁਤ ਹੀ ਸોર્ટ ਆਫ ক্লোਜ਼ਡ ਐਂਡ ਟਾਈਟ ਫਰੇਮਸ ਨੇ ਵੱਡ ਵਾਈਡ ਇਮੇਜਸ ਨਹੀਂ ਹੈਗੀਆਂ ਐਦਾਂ ਦੀ ਚੁਆਇਸ ਤੇ ਰੀਜ਼ਨਸ ਚੁਆਇਸ ਉਹੀ ਹੈ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਟ੍ਰੇਨਿੰਗ ਜਿਹੜੀ ਰਹੀ ਕਰਦੀ ਫਿਰ ਮੇਰੇ ਫਰੈਂਡ ਸਰਕਲ ਤਾ ਇਸੇ ਤਰ੍ਹਾਂ ਜਿਹੜੀਆਂ ਦੀਵਾਰਾਂ ਦੀ ਤੁਸੀਂ ਗੱਲ ਕੀਤੀ ਹੈਗੀ ਆ ਦੀਵਾਰਾਂ ਨੂੰ ਮੈਂ ਇੱਕ ਦੀਵਾਰ ਦੇਖੀ ਪਹਿਲਾਂ ਮੈਨੂੰ ਉਹਦੇ ਵਿੱਚ ਉਹ ਸ਼ੋਰਾ ਨਿਕਲਾ ਹੋਇਆ ਦੀਵਾਰ ਚੋਂ ਫੰਗਸ ਲੱਗੀ ਹੋਈ ਹੈ ਤਾਂ ਉਹਦੇ ਵਿੱਚ ਫਾਰਮਸ ਬਣ ਰਹੀਆਂ ਸੀਗੀਆਂ ਉਹ ਛੋਟੇ ਛੋਟੇ ক্লোਜ਼ ਅਪ ਨੇ ਉਹ ਮੈਂ ਲੈਣੇ ਸ਼ੁਰੂ ਕਰੇ ਮੇਰੀ ਪੂਰੀ ਸੀਰੀਜ਼ ਨਿਕਲੇਗੀ ਜਿਹੜੀ ਤੁਸੀਂ ਡਰਾਮ ਦੀ ਗੱਲ ਕਰਦੇ ਹੋ ਇਹ ਤਾਂ ਅਕਸਰ ਮੇਰੇ ਦੋਸਤ ਹੈ ਸਾਡਾ ਇੱਕ ਗਰੁੱਪ ਹੈਗਾ ਸੀ ਹਰ ਸਾਲ ਕਿਤੇ ਨਾ ਕਿਤੇ ਨਿਕਲਦੇ ਆ ਇਹ ਮੋਰਨੀ ਸਾਈਡ ਤੇ ਨਿਕਲੇ ਹੋਏ ਸੀ ਇੱਕ ਵਾਰੀ ਤਾਂ ਹਰਪ੍ਰੀਤ ਮੇਰਾ ਦੋਸਤ ਹੈ ਜਿਹਨੂੰ ਹੈਰੀ ਤੁਸੀਂ ਵੀ ਸ਼ਾਇਦ ਜਾਣਦੇ ਹੋਗੇ ਉਹਦੇ ਨਾਲ ਉਹਦੀ ਉਹ ਜਿਹੜੀ ਸਟੂਡੀਓ ਬਣੀ ਹੋਈ ਹੈ ਉੱਥੇ ਉਹ ਦੇਖਣ ਗਿਆ ਮੈਂ ਜਦੋਂ ਦੇਖਣ ਗਿਆ ਤਾਂ ਰਾਹ 'ਚ ਬਾਰਿਸ਼ ਪਈ ਹੋਈ ਸੀਗੀ ਬਾਰਿਸ਼ ਪਈ ਹੋਈ ਤਾਂ ਇੱਕ ਪਾਸੇ ਮੈਂ ਦੇਖਿਆ ਕਿ ਉਹ ਇਹਨਾਂ ਦਾ ਕਲਸਟਰ ਪਿਆ ਇਕੱਠੇ ਹੋਏ ਪਏ ਐ ਡਰਮ ਤਾਂ ਮੈਂ ਕਿਹਾ ਆਪਾਂ ਇੱਥੇ ਰੁਕਦੇ ਆਂ ਹਰੀ ਸਾਹਿਬ ਤਾਂ ਆਪਣੇ ਉਹ ਲੁੱਕ ਜਿਹੜੇ ਕੰਮ ਕਰਦੇ ਸੀਗੇ ਯਾ ਲੇਬਰ ਸੀ ਉਹਨਾਂ ਨਾਲ ਗੱਲ ਕਰਨ ਬੈਗੇ ਮੈਂ ਆਪਣੀ ਕਲੈਕਿੰਗ ਸ਼ੁਰੂ ਕਰਤੀ ਡਰਮਾ ਦੀ ਉਹ ਡਰਮਾ ਦੇ ਉੱਪਰ ਰਸਟ ਕਲਰ ਵੀ ਆ ਰਿਹਾ ਬਲੈਕ ਵੀ ਆ ਰਿਹਾ ਟੈਕਸਚਰ ਵੀ ਆ ਰਿਹਾ ਡਰਮਾ ਦੇ ਉੱਪਰ ਪਾਣੀ ਖੜਾ ਹੋਇਆ ਹੋਇਆ ਉਹ ਪਾਣੀ ਐ ਕੰਮ ਕਰ ਰਿਹਾ ਕਿ ਜਿੱਦਾਂ ਸੀਰਾ ਹੈ ਕੋਈ ਦਿਮਾਗ ਹੈ ਉਹਨਾਂ ਦੇ ਜਿਹੜੇ ਵਿੱਚ ਉਹ ਡਰਮਾ ਦੇ ਵਿੱਚ ਚਿਪ ਪਏ ਹੋਏ ਆ ਉਹ ਉਹ ਚਿਬਾਂ ਚ ਵੀ ਕਰੀ ਉਹਨਾਂ ਦੇ ਫੀਚਰ ਨਿਕਲ ਰਹੇ ਆ ਐ ਲੱਗ ਰਿਹਾ ਜਿਦਾਂ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਆ ਕਿਤੇ ਕਿਤੇ ਤੁਹਾਨੂੰ ਉਹਦੇ ਵਿੱਚ ਲੱਗੇਗਾ ਕਿ ਦੋ ਡਰਾਮ ਆਪਸ ਚ ਗੱਲਾਂ ਕਰ ਰਹੇ ਆ ਤਾਂ ਇੱਕ ਵਾਰੀ ਫਿਰ ਪਹਿਲੀ ਵਾਰੀ ਇਦਾਂ ਕੇ ਸੈਕੰਡ ਟਾਈਮ ਫਿਰ ਮੇਰੇ ਦੋਸਤ ਹੈ ਸਰਵਜੀਤ ਔਰ ਬਹਿਲ ਅਸੀਂ ਅਕਸਰ ਜਾਂਦੇ ਰਹਿੰਦੇ ਆ ਫਿਰ ਅਸੀਂ ਉਦੋਂ ਗਏ ਉਦੋਂ ਕੋਈ ਹੋਰ ਡਰਾਮ ਦੇਖੇ ਉਹ ਕਰੇ ਫਿਰ ਉਹਦੇ ਚ ਮੇਰੀ ਸੀਰੀਜ਼ ਪੂਰੀ ਹੋ ਗਈ ਇਸੇ ਪ੍ਰਕਾਰ ਨਾਲ ਜਿਹੜੀ ਤੁਹਾਡੀ ਸੀਰੀਜ਼ ਹੈ ਸਟੋਨਸ ਉਹ ਦੋ ਤਿੰਨ ਤਰੀਕਿਆਂ ਦੀਆਂ ਨੇ ਇੱਕ ਤਾਂ ਤੁਸੀਂ ਬਲੈਕ ਮਾਰਬਲ ਦੀ ਫੋਟੋਗ੍ਰਾਫੀ ਕੀਤੀ ਹੋਈ ਹੈ ਇੱਕ ਤੁਸੀਂ ਸોર્ટ ਆਫ ਗ੍ਰੇ ਐਂਡ orange ਕਲਰ ਦੇ ਸਟੋਨਸ ਨੋ ਉਹ ਇੱਕੋ ਹੀ ਐ ਸਟੋਨ ਓਕੇ ਉਹ ਲਲਿਤ ਕਲਾ ਨੇ ਵਰਕਸ਼ਾਪ ਲਗਾਨੀ ਸੀਗੀ ਹਾਂਜੀ ਬੜੇ ਬੜੇ ਬਲॉक्स ਲਿਆ ਕੇ ਮਿਊਜ਼ੀਅਮ ਦੀ ਸਾਈਡ ਤੇ ਰੱਖਤੇ ਸੀਗੇ ਹਮ ਹਮ ਵਰਕਸ਼ਾਪ ਨੂੰ ਟਾਈਮ ਹੋ ਗਿਆ ਹਮ ਹਮ ਤਾਂ ਇੱਕ ਵਾਰੀ ਨਾ ਬਾਰਿਸ਼ ਪਈ ਹਾਂਜੀ ਤਾਂ ਉਹ ਸਟੋਨਸ ਸਾਫ ਹੋ ਗਏ ਹਾਂਜੀ ਤਾਂ ਉਹ ਮੇਰੀ ਨਿਗਾ ਉਹਨਾਂ ਦੇ ਉੱਪਰ ਪਈ ਤਾਂ ਮੇਰੀ ਨਿਗਾ ਕਾਰਨਰਸ ਤੇ ਗਈ ਹਾਂਜੀ ਕਾਰਨਰ ਕਿਤੇ ਕਿਤੇ ਟੁੱਟੇ ਹੋਏ ਸੀਗੇ ਕਿਤੇ ਸਟੋਨ ਦੀ ਕਟਿੰਗ ਹੋਈ ਹੋਈ ਸੀਗੀ ਜਿਹਦੇ ਉੱਪਰ ਉਹ ਚੱਲਿਆ ਹੋਣਾ ਆ ਰਹਾ ਚੱਲਿਆ ਆਉਣਾ ਕਟਿੰਗ ਆਰਾ ਬਹੁਤ ਅੱਛਾ ਟੈਕਸਚਰ ਕ੍ਰੀਏਟ ਕਰ ਰਿਹਾ ਸੀਗਾ ਮੈਂ ਕਿਹਾ ਇਹਨੂੰ ਕੈਮਰੇ ਦੇ ਥਰੂ ਦੇਖਦਾ ਜਦ ਮੈਂ ਉਹ ਚੀਜ਼ ਨੂੰ ਕੈਮਰੇ ਦੇ ਥਰੂ ਦੇਖਿਆ ਉਹ ਚੀਜ਼ ਹੀ ਚੇਂਜ ਹੋ ਗਈ ਵੈਸੇ ਬਿਨਾ ਕੈਮਰੇ ਤੋਂ ਦੇਖਣ ਤੋਂ ਉਹ ਤਾਂ ਕਮਾਲ ਹੀ ਹੋ ਗਈ ਕੁਝ ਹੋਰ ਹੀ ਬਣ ਗਿਆ ਜਿਹੜਾ ਨਿਚਲਾ ਟੈਕਸਚਰ ਹੈ ਉਹ ਜ਼ਮੀਨ ਦਾ ਕੰਮ ਕਰ ਰਿਹਾ ਜਿਹੜਾ ਫਰੰਟ ਦਾ ਟੈਕਸਚਰ ਹੈ ਜਿਹੜਾ ਸਟੋਨ ਟੁੱਟਿਆ ਹੋਇਆ ਉਹ ਕਿਤੇ ਕਿਤੇ ਉਹ ਬਣਾ ਰਿਹਾ ਹੈ ਬੜੇ ਬੜੇ ਪੱਥਰ ਬਣਾ ਰਿਹਾ ਕਿਤੇ ਉਹ ਬਣਾ ਰਿਹਾ ਹੈਗਾ ਤੁਹਾਡੇ ਪੇੜ ਪੇੜ ਬਣਾ ਰਿਹਾ ਹੈ ਜਿਹੜੀ ਉੱਪਰਲੀ ਟਾਪ ਹੈ ਉਹ ਬੈਕਗ੍ਰਾਉਂਡ ਬਣਾ ਰਹੀ ਹੈ ਤਾਂ ਮੈਨੂੰ ਬੜਾ ਮਜ਼ਾ ਆਇਆ ਫਿਰ ਮੈਂ ਉਹ ਸਾਰੇ ਸਟੋਨ ਜਿੰਨੇ ਵੀ ਸੀਗੇ ਕਵਰ ਕਰੇ ਕਵਰ ਕਰਕੇ ਫਿਰ ਉਹ ਇੱਕ ਐਗਜ਼ੀਬਿਸ਼ਨ ਦਾ ਉਹਨੇ ਰੂਪ ਦਿੱਤਾ ਤੁਹਾਡੀ ਕੋਰ ਸੀਰੀਜ਼ ਹੈ ਜਿਹਦੇ ਵਿੱਚ ਤੁਸੀਂ ਵਾਸ਼ਮੈਨ ਨੂੰ ਕਲਿੱਕ ਕੀਤਾ ਜੀ ਇਹ ਤੁਹਾਡੀ ਇਹੀ ਸੀਰੀਜ਼ ਹੈ ਜਿੱਥੇ ਜਿੰਨੇ ਮੈਂ ਤੁਹਾਡੇ ਵਰਕਸ ਦੇਖੇ ਹੈ ਜਿਹਦੇ ਵਿੱਚ ਕਿ ਹਿਊਮਨ ਬੀਇੰਗਸ ਨੇ ਉੱਥੇ ਕਿਤੇ ਹਿਊਮਨ ਬੀਇੰਗ ਉਹ ਵੀ ਪਰਦੇ ਪਿੱਛੇ ਲੁਕਿਆ ਹੋਇਆ ਹੈ ਉਹ ਸ਼ੈਡੋ ਤਾਂ ਆ ਰਹੀ ਹੈ ਕੁਝ ਉਹਦਾ ਇੱਕ 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 ਚ ਲੱਗਦਾ ਹੈ ਇੱਕ ਇਸ਼ਾਰਾ ਤਾਂ ਹੈ ਹਾਂ ਹਾਂਜੀ ਉਹ ਤਾਂ ਜਿੱਦਾਂ ਹੁੰਦਾ ਨਾ ਕਿ ਵੈਸੇ ਬਣ ਗਈ ਮੇਰੀ ਬੇਟੀ ਪੜ੍ਹ ਰਹੀ ਸੀ ਉਦੋਂ ਆਪਣੇ ਉਹ ਜਿਹੜਾ ਕਾਲਜ ਹੈਗਾ ਬੀ ਐਡ ਕਾਲਜ ਉਹਨੂੰ ਮੈਂ ਛੱਡਣ ਜਾਂਦਾ ਹੁੰਦਾ ਸੀਗਾ ਉੱਥੇ ਤਾਂ ਮੈਂ 20 ਸੈਕਟਰ ਚ ਹੋ ਕੇ 20 ਚੀ ਕਾਲਜ ਹੈਗਾ ਉਹ ਵਾਲਾ ਤਾਂ ਛੱਡਣ ਜਾਂਦਾ ਸੀਗਾ ਤਾਂ ਮੈਂ ਦੇਖਿਆ ਵੀ ਉਹ ਵਾਸ਼ਰਮੈਨ ਦੀ ਛੇੜ ਬਣ ਰਹੀ ਹੈ ਮਤਲਬ ਜਦੋਂ ਚੱਕਦਾ ਸੀਗਾ ਚਾਦਰ ਨੂੰ ਅਗੇਂਸਟ ਲਾਈਟ ਉਹਦੀ ਆਪਣੀ ਹੋਈ ਇਮੇਜ ਉਸ ਚਾਦਰ ਚ ਬਣ ਰਹੀ ਹੈ ਉਹ ਅਗੇਂਸਟ ਲਾਈਟ ਇੰਨੀ ਸੋਹਣੀਆਂ ਪਿਕਚਰ ਨਿਕਲੀਆਂ ਤਾਂ ਉਹਦੀ ਚਾਦਰਾਂ ਜਿਹੜੀਆਂ ਵਾਈਟ ਐ ਉਹ ਵਾਈਟਨੈਸ ਦਾ ਇੰਨਾ ਮਜ਼ਾ ਆਇਆ ਕਿ ਉਹ ਬਹੁਤ ਅੱਛਾ ਪੋਰਟਫੋਲੀਓ ਨਿਕਲਿਆ। ਤੁਹਾਡੇ ਲਈ ਹੁਣ ਤੁਸੀਂ ਜਿਆਦਾ ਜਿੰਨਾ ਤੁਹਾਡਾ ਮੇਨ ਕੰਮ ਹੈ ਉਹ ਜ਼ਿਆਦਾ ਤਾਂ ਬਲੈਕ ਐਂਡ ਵਾਈਟ ਦੇ ਵਿੱਚ ਰਿਹਾ ਹੈ। ਅਪਾਰਟ ਫਰਮ ਯੋਰ ਸੀਰੀਜ਼ ਏ ਕਿ ਰਿਮੇਨਸ ਸੀਰੀਜ਼ ਏ ਤੁਹਾਡੀ ਰੈੱਡ ਸੀਰੀਜ਼ ਹੈ। ਜੋ ਕਿ ਮੈਂ ਆਪਕੇ ਦੱਸਣਾ ਚਾਹੂੰਗੀ ਕਿ ਡਿਊਰਿੰਗ ਮਾਈ ਇੰਸਟਾਲੇਸ਼ਨ ਚੰਡੀਗੜ੍ਹ ਲਾਲਿਤ ਕਲਾਸ ਕਾਰਨੀਵਲ ਉਦੋਂ ਤੁਸੀਂ ਕੀਤੀ ਸੀ। ਸੋ ਵਾਈ ਕੀ ਮਤਲਬ ਤੁਹਾਡਾ ਇੰਨਾ ਜ਼ਿਆਦਾ ਰੁਝਾਨ ਬਲੈਕ ਐਂਡ ਵਾਈਟ ਵਾਲ ਕਿਉਂ ਸਾਦਾ ਹੈ? ਨੀ 블랙 ਐਂਡ ਵਾਈਸਾ ਇਦਾਂ ਹੈਗਾ ਕਿ 블랙 ਐਂਡ ਵਾਈਟ ਤੰਗ ਨਹੀਂ ਕਰਦੀ ਫੋਟੋਗ੍ਰਾਫੀ 컬러 ਜਾਂ ਤਾਂ ਫਿਰ ਹੁੰ ਜਦਾਂ ਤੁਹਾਡੇ ਰੈੱਡ ਦੀ ਕਰੀਓ ਚ ਰੈੱਡ ਕਲਰ ਹੀ ਸੀਗਾ ਮੋਨੋਕ੍ਰੋਮ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਈਜ਼ੀ ਤਰੀਕਾ ਹੈ ਕੰਮ ਕਰਨ ਦਾ ਕਿਹੜਾ ਵੀ ਤੰਗ ਨਹੀਂ ਕਰਦੀ ਬਲੈਕ ਐਂਡ ਵਾਈਟ ਕਰ ਦੋ ਜੀ ਇਹਦੇ ਵਿੱਚ ਈਜ਼ੀ ਤਰੀਕਾ ਜੇ ਜੇ ਕਲਰਡ ਕਰਨਾ ਹੈ ਜੇ ਦੇਖੋ ਨਾ ਹੁਣ ਮੈਂ ਤੁਹਾਡੀ ਰੈੱਡ ਵਾਲੀ ਜਿਹੜੇ ਤੋਂ ਸੀ ਉੱਥੇ ਇੰਸਟਾਲੇਸ਼ਨ ਲਾਈ ਸੀ ਉਹਨੂੰ ਬਲੈਕ ਐਂਡ ਵਾਈਟ ਕਰ ਸਕਦਾ ਸੀਗਾ ਪਰ ਉਹ ਮਜ਼ਾ ਹੀ ਨਹੀਂ ਰਹਿਣਾ ਸੀ ਪਰ ਉਹਦੇ ਵਿੱਚ ਵੀ ਸਿੰਗਲ ਇੱਕ ਕਲਰ ਹੈ ਨਾ ਹਾਂ ਉਹ ਮੈਨੂੰ ਰੈੱਡ ਐਨਾ ਪਾਇਆ ਨਾ ਉਹ ਐਨਾ ਸੋਲਿਡ ਰੈੱਡ ਸੀਗਾ ਉਹ ਮੈਂ ਆਪਣੀਆਂ ਪਿਕਚਰਾਂ 'ਚ ਵੀ ਸੋਲਿਡੀ ਰੱਖਣ ਦੀ ਕੋਸ਼ਿਸ਼ ਕਰੀ ਹੈ ਕਿ ਉਹ ਚ ਰਿਚਨੈਸ ਪੂਰੀ ਰਵੇ ਉਸੇ ਰੈੱਡ ਨੂੰ ਮੈਂ ਦਿਖਾਇਆ ਉਹਦੇ ਵਿੱਚ ਮੈਨੂੰ ਕੋਈ ਇਹ ਨਹੀਂ ਹੈਗਾ ਜੀ ਮੈਂ ਬਲੈਕ ਐਂਡ ਵਾਈਟਿੰਗ ਕਰਨੀ ਹੈ ਜਿਹੜੀਆਂ ਦੀਵਾਰਾਂ ਆ ਉਹ ਕਲਰਡ ਐ ਜਿਹੜੀਆਂ ਯੂਨੀਵਰਸਿਟੀ ਦੀਆਂ ਡਰਮ ਕਲਰਡ ਐ ਡਰਮ ਨੂੰ ਮੈਂ ਬਲੈਕ ਐਂਡ ਵਾਈਟ ਕਰ ਦਮਾ ਹੋ ਰਸਟ ਕਰਦਾ ਮਜ਼ਾ ਹੀ ਨਹੀਂ ਆਉਣਾ ਜੋ ਰਸਟ ਦਾ ਕਲਰ ਦਾ ਸਵਾਦ ਹੈ ਮਜ਼ਾ ਉਹ ਆਏਗਾ ਹੀ ਨਹੀਂ ਇਹ ਕੋਈ ਮਤਲਬ ਉਹ ਨਹੀਂ ਹੈਗਾ ਕਿ ਵੀ ਨਹੀਂ ਨਹੀਂ ਮੈਂ ਤਾਂ ਬਲੈਕ ਐਂਡ ਵਾਈਟ ਹੀ ਕਰਨਾ ਮੈਂ ਕੋਈ ਪੱਕਾ ਬਲੈਕ ਐਂਡ ਵਾਈਟ ਹੀ ਕਰੂੰਗਾ ਆਸਾਨੀਆ ਇਹ ਸਬਜੈਕਟ ਟੂ ਸਬਜੈਕਟ ਵੇਰੀ ਕਰਦਾ ਜਿੱਥੇ ਕਲਰ ਆਣਾ ਹੈ ਉੱਥੇ ਕਲਰ ਆਣਾ ਹੀ ਹੈ ਜਿੱਥੇ ਕਲਰ ਤੰਗ ਕਰ ਰਿਹਾ ਉਹ ਟونز ਨਹੀਂ ਦੇ ਪਾਰ ਰਿਹਾ ਉੱਥੇ ਬਲੈਕ ਐਂਡ ਵਾਈਟ ਹੈ ਹੁਣ ਮੈਂ ਬਰਫ ਨੂੰ ਕਲਰ ਚ ਕਰ ਦਿੰਦਾ ਕੀ ਮਜ਼ਾ ਆਣਾ ਸੀਗਾ ਉਹ ਬਲੂ ਜੀ ਟੋਨ ਆਈ ਜਾਣੀ ਸੀ ਉਹਦੀ ਰਿਚਨੈਸ ਆਣੀ ਨਹੀਂ ਸੀ ਵਾਈਟਨੈਸ ਦੀ ਤੁਸੀਂ ਕਦੇ ਐਜ਼ ਅ ਕਹਾਣੀ ਕਹਿਣ ਦੀ ਵੀ ਕੋਸ਼ਿਸ਼ ਕੀਤੀ ਆਪਣੀ ਪਿਕਚਰਸ ਦੇ ਥਰੂ ਕਿ ਉਹਨਾਂ ਨੂੰ ਹਮੇਸ਼ਾ ਜੈਨ ਐਬਸਟ੍ਰੈਕਟ ਹੀ ਰੱਖਣਾ ਪਸੰਦ ਕੀਤਾ ਵੀ ਕਹਾਣੀ ਨਹੀਂ ਮੈਂ ਜ਼ਿਆਦਾ ਨਹੀਂ ਕਹੀ ਕੋਸ਼ਿਸ਼ ਐਬਸਟ੍ਰੈਕਸ਼ਨ ਉਹ ਮੈਨੂੰ ਜ਼ਿਆਦਾ ਪਸੰਦ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਏਦਾਂ ਦੇ ਲੋਕ ਹੀ ਨੇ ਜਿਨ੍ਹਾਂ ਦੇ ਵੱਲ ਤੁਸੀਂ ਦੇਖਦੇ ਹੋ ਤੁਹਾਨੂੰ ਜਿਨ੍ਹਾਂ ਨੇ ਇਨਸਪਾਇਰ ਕੀਤਾ ਉਹ ਸੀਗੇ ਚੋਪੜਾ ਸਾਹਿਬ ਚੋਪੜਾ ਸਾਹਿਬ ਦਾ ਤਾਂ ਏਦਾਂ ਸੀਗਾ ਕਿ ਉਹ ਨਾ ਇੱਕ ਵਾਰੀ ਮੇਰੀ ਆਈਫੈਕਸ ਦੇ ਵਿੱਚ ਫੋਟੋਆਂ ਸਿਲੈਕਟ ਹੋਈਆਂ ਉੱਥੇ ਕੋਈ ਆਰਟੀਕਲ ਲਿਖਿਆ ਗਿਆ ਅਖਬਾਰ 'ਚ ਉਹਨਾਂ ਨੇ ਉਹ ਆਰਟੀਕਲ ਮੈਨੂੰ ਭੇਜਿਆ ਉਹਨਾਂ ਨੇ ਬੜੇ ਅੱਛੇ ਪੋਜ਼ਿਟਿਵ ਰਿਮਾਰਕਸ ਦਿੱਤੇ ਸੀਗੇ ਐਸੀਆਂ ਗੱਲਾਂ ਤੋਂ ਬੜਾ ਹੌਸਲਾ ਮਿਲਦਾ ਫਿਰ ਉਹਨਾਂ ਨੇ ਮੈਨੂੰ ਇੱਕ ਵਾਰੀ ਜਦ ਸਟਾਰਟਿੰਗ ਤੇ ਮੈਂ ਇੱਕ ਫੋਟੋ ਜੀ ਲੈ ਗਿਆ ਖਿੱਚ ਕੇ ਬਰ ਪਈ ਹੋਈ ਹੈ ਜਾਲੀ ਦੇ ਉੱਪਰ ਚੋਪੜਾ ਸਾਹਿਬ ਨੂੰ ਮੈਂ ਦਿਖਾਈ ਦੇਖ ਕੇ ਕਹਿੰਦੇ ਐਦਾਂ ਨਹੀਂ ਹੁੰਦਾ ਕੋਈ ਫੋਟੋ ਬੋਲ ਨਹੀਂ ਚਾਹੀਦੀ ਹੈ ਕੋਈ ਗੱਲ ਕਰਨੀ ਚਾਹੀਦੀ ਹੈ ਨੈਟ ਹੈਗਾ ਉਹਦੇ ਉੱਪਰ ਬਰ ਪਈ ਹੈ ਉਹ ਕੋਈ ਗੱਲ ਬਣ ਨਹੀਂ ਰਹੀ ਹੋਰ ਅੱਗੇ ਚੱਲ ਉਹ ਗੱਲ ਮੇਰੇ ਤੇ ਮਤਲਬ ਉਹਨਾਂ ਦਾ ਬੜਾ ਅਸਰ ਹੋਇਆ ਇਸ ਗੱਲ ਦਾ ਫਿਰ ਬਾਕੀ ਜਿਹੜੇ ਮਤਲਬ ਮੇਰੇ ਕੰਮ ਨੂੰ ਪਸੰਦ ਕਰਦੇ ਰਹੇ ਲੋਕ ਉਹ ਇੱਕ ਵਾਰੀ ਮੈਂ ਆਪਣੇ ਦਿਵਾਨ ਸਾਹਿਬ ਦੀ ਵੀ ਤੁਹਾਨੂੰ ਗੱਲ ਕਰਨੀ ਜਾਵਾਂਗਾ ਇੱਕ ਵਾਰੀ ਇੱਥੇ ਨੀਚੇ ਹੀ ਗੈਲਰੀ ਦੇ ਵਿੱਚ ਐਗਜ਼ਿਬਿਸ਼ਨ ਲੱਗੀ ਹੋਈ ਸੀਗੀ ਉਹਦੇ ਵਿੱਚ ਮੇਰੇ 3-4 ਕੰਮ ਲੱਗੇ ਹੋਏ ਸੀਗੇ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਤੇਰੇ ਨਾ ਇਹ ਉਹ ਵੀ ਸਨੋ ਦੇ ਸੀਗੇ ਵੀ ਬਹੁਤ ਅੱਛੇ ਨਿਕਲੇ ਐ ਬਹੁਤ ਅਚੀਆਂ ਟونز ਹਨ ਮਤਲਬ ਐਸੀਆਂ ਜਿਹੜੀਆਂ ਗੱਲਾਂ ਪੋਜ਼ਿਟਿਵ ਤੁਹਾਨੂੰ ਮਿਲਦੀਆਂ ਉਹੋ ਥੋੜਾ ਹੌਸਲਾ ਵਧਾਉਂਦੀ ਆ ਕੰਮ ਕਰਨ ਨੂੰ ਤਾਂ ਇੱਦਾਂ ਬਹੁਤ ਜਾਣੇ ਮੈਂ ਕਈਆਂ ਦੇ ਨਾਮ ਵੀ ਸ਼ਾਇਦ ਇੰਨੀ ਜਲਦੀ ਨਾਮ ਲੈ ਸਕਾਂ ਮੇਰੀ ਲਾਈਫ ਦੇ ਵਿੱਚ ਆਏ ਜਿਨ੍ਹਾਂ ਦੇ ਕਾਰਨ ਅੱਜ ਮੈਂ ਕੁਝ ਕਰ ਸਕਿਆ ਪਰ ਲਾਸਟ ਦੇ ਵਿੱਚ ਨਾ ਹਾਂਜੀ ਮੈਂ ਬਿਨਾ ਫੈਮਿਲੀ ਦਾ ਆਪਣੀ ਦਾ ਥੈਂਕਸ ਕਰੇ ਨਹੀਂ ਰਹਿ ਸਕਾਂਗਾ ਜੀ ਕਿਉਂਕਿ ਜੇ ਤੁਸੀਂ ਕੁਝ ਕਰ ਕਰ ਸਕਦੇ ਹੋ ਤੁਹਾਡੀ ਫੈਮਿਲੀ سپورਟ ਹੋਣੀ ਬਹੁਤ ਜ਼ਰੂਰੀ ਹੈ ਬਿਲਕੁਲ ਸਹੀ ਮੈਂ ਇਹ ਐਦਾ ਨਹੀਂ ਬੋਲ ਰਿਹਾ ਕਿ ਜਿਦਾ ਆਮ ਬੋਲ ਦਿੰਦੇ ਆ ਜੀ ਮੇਰੀ ਘਰ ਵਾਲੀ ਦਾ ਬਹੁਤ ਹੱਥ ਹੈ ਮੈਂ ਇਸ ਕਰਕੇ ਨਹੀਂ ਬੋਲ ਰਿਹਾ ਮੇਰੀਆਂ ਦੋ ਬੇਟੀਆਂ ਹਨ ਇੱਕ ਬੇਟੀ ਮੇਰੇ ਨਾਲ ਜਾਂਦੀ ਹੈ ਉਹ ਡਰਾਈਵ ਕਰਦੀ ਹੈ ਕਾਰ ਤਾਂ ਕਿ ਡੈਡੀ ਨੇ ਬਾਹਰਲੀ ਸਾਈਡਾਂ ਤੇ ਦੇਖਣਾ ਹੁੰਦਾ ਹੈ ਉਧਰ ਉਧਰ ਉਹ ਕਾਰ ਡਰਾਈਵ ਕਰੇਗੀ ਛੋਟੀ ਹੈ ਉਹ ਬੜਾ ਐਪਰੀਸ਼ੀਏਟ ਕਰਦੀ ਹੈ ਮੇਰੇ ਕੰਮ ਨੂੰ ਉਹਨਾਂ ਦੇ ਹਸਬੰਡ ਨੇ ਉਹ ਉਰੇ ਜਦ ਵੀ ਐਗਜ਼ੀਬਿਸ਼ਨ ਲੱਗਦੀ ਹੈ ਕੋਈ ਵੀ ਕੰਮ ਲੱਗਦੇ ਆ ਮੇਰੇ ਉਹ ਜ਼ਰੂਰ ਦੇਖਣ ਆਣਗੇ ਉਹਨਾਂ ਨਾਲ ਆਪਣੇ ਆਪ ਨੂੰ ਹੌਸਲਾ ਮਿਲਦਾ ਕਿ ਮੇਰੇ ਬੱਚੇ ਮੇਰਾ ਕੰਮ ਦੇਖਣ ਆ ਰਹੇ ਆ ਤਾਂ ਵਾਈਫ ਦਾ ਤਾਂ ਐਦਾਂ ਹੈ ਕਿ ਜਦ ਮੈਂ ਕੰਪਿਊਟਰ ਤੇ ਬੈਠਾ ਹੁੰਨਾ ਆਪਣਾ ਕੰਪਿਊਟਰ ਤੇ ਜਦ ਬੰਦਾ ਬੈਠਾ ਕੰਮ ਕਰ ਰਿਹਾ ਹੁੰਦਾ ਨਾ ਉਦੋਂ ਡਿਸਟਰਬੈਂਸ ਮਤਲਬ ਨਹੀਂ ਸਹਿ ਸਕਦਾ ਕਿ ਤੂੰ ਹੋ ਰਹੀ ਹੋਗੇ ਮੈਂ ਕਈ ਵਾਰੀ ਦੇਖਿਆ ਕਿ ਬੜੇ ਆਰਾਮ ਨਾਲ ਇੱਕ ਚਾਹ ਦਾ ਕੱਪ ਆਂਦਾ ਹੈ نیچے ਰੱਖ ਕੇ ਆਈਸਾ ਯੋ ਬਾਹਰ ਚਲੀ ਜਾਂਦੀ ਹੈ ਵੀ ਹੁਣ ਇਹਨਾਂ ਨੂੰ ਇਸ ਟਾਈਮ ਚਾਹ ਦੀ ਜ਼ਰੂਰਤ ਹੈ ਵੀ ਮੈਂ ਪਰ ਡਿਸਟਰਬ ਨਹੀਂ ਕਰਨਾ ਉਹ ਨਿਕਲ ਜਾਂਦੀ ਹੈ ਮਤਲਬ ਇਸ ਤਰ੍ਹਾਂ ਦੀ ਸਹਿਯੋਗ ਫੈਮਲੀ ਵੱਲੋਂ ਮਿਲਦਾ ਹੈ ਜਦੋਂ ਅਸੀਂ ਬਾਹਰ ਜਾਂਦੇ ਆ ਉਹ ਮੇਰੀ ਮਿਸ ਬੈਠ ਜਾਂਦੀ ਹੈ ਇੱਕ ਥਾਂ ਤੇ ਜਾਓ ਤੁਸੀਂ ਘੁੰਮਿਓ ਖਿੱਚਿਓ ਫੋਟੋਗ੍ਰਾਫੀ ਕਰਿਓ ਮੈਂ ਇੱਥੇ ਬੈਠੀ ਆ ਮਤਲਬ ਬੜਾ ਅੱਛਾ ਲੱਗਦਾ ਆਪਣੇ ਆਪ ਤੁਮੀ ਜੀ ਧੰਨਵਾਦ ਤੁਸੀਂ ਆਪਣਾ ਸਮੇਂ ਕੱਢ ਕੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਸਟੂਡੀਓਜ਼ ਵਿੱਚ ਆਏ ਹੋ ਤੁਸੀਂ ਆਪਣੀ ਗੱਲਬਾਤ ਸਾਂਝੀ ਕੀਤੀ ਸਾਡੇ ਨਾਲ ਤੁਸੀਂ ਸਾਨੂੰ ਦੱਸਿਆ ਆਪਣੇ ਪ੍ਰੋਸੈਸ ਦੇ ਬਾਰੇ ਐਦਾ ਦੀ ਟੈਕਨੀਕਸ ਦੇ ਬਾਰੇ ਜਿਨ੍ਹਾਂ ਬਾਰੇ ਬਹੁਤ ਹੀ ਘੱਟ ਨੋਲੇਜ ਹੈ ਕਿ ਕਿਵੇਂ 네ਗੇਟਿਵ ਨੂੰ 네ਗੇਟਿਵ ਤੋਂ ਫੋਟੋਗ੍ਰਾਫ ਤੁਸੀਂ ਡਿਵੈਲਪ ਕਰਦੇ ਹੋ ਫਰਦਰ ਟੋਨਸ ਇਨਹਾਂਸ ਕਰਦੇ ਹੋ ਤੇ ਅਪਾਰਟ ਫਰਮ ਥੈਟ ਇੱਕ ਰੈਗੂਲਰ এডੂਕੇਸ਼ਨ ਆਰਟ ਦੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਇੰਨੀ ਪੈਸ਼ਨੇਟਲੀ ਟਿਲ ਡੇਟ ਅੱਜ ਤੱਕ ਕੰਟੀਨਿਊਸਲੀ ਕੰਮ ਕਰ ਰਹੇ ਹੋ ਥੈਟਸ ਰਿਮਾਰਕਏਬਲ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਵੀ ਲਲਤ ਕਲਾ ਦਾ ਵੀ